ਸਤਿ ਸ਼੍ਰੀ ਅਕਾਲ ਦੋਸਤੋ ਗੱਲ ਪੰਜਾਬ ਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਗੁਰਮੀਤ ਸਿੰਘ ਖਾਲਸਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਾਸ ਮੁਲਾਕਾਤ ਦੋਸਤੋ ਵਿਦਿਆ ਔਰ এডਿਕੇਸ਼ਨ ਸਿੱਖਿਆ ਇਹ ਕਿਸੇ ਵੀ ਦੇਸ਼ ਦਾ ਮੁੱਢ ਹੁੰਦੀ ਹੈ ਇਸ এডਿਕੇਸ਼ਨ ਦੇ ਸਦਕਾ ਹੀ ਉਹ ਦੇਸ਼ ਤਰੱਕੀ ਕਰ ਸਕਦਾ ਹੈ ਉੱਥੇ ਖੁਸ਼ਹਾਲੀ ਆ ਸਕਦੀ ਹੈ ਮੈਂ ਦੱਸਣਾ ਚਾਹਾਂਗਾ ਕਿ ਭਾਰਤ ਦੇਸ਼ ਵਿੱਚ ਦੋ ਤਰੀਕੇ ਦੇ এডਿਕੇਸ਼ਨ ਜੋ ਮੂਲ ਰੂਪ ਵਿੱਚ ਪਾਈ ਜਾਂਦੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਇੱਥੇ ਅਵੇਲੇਬਲ ਹੈ ਇੱਕ ਹੈ ਟੈਕਨੀਕਲ ਇੱਕ ਹੈ ਨਾਨ ਟੈਕਨੀਕਲ ਨਾਨ ਟੈਕਨੀਕਲ ਦਾ ਭਾਵ ਇਹ ਹੈ ਕਿ 10ਵੀਂ ਤੋਂ ਬਾਅਦ ਬੱਚਾ 12ਵੀਂ ਕਰਦਾ ਹੈ ਫਿਰ ਉਸ ਤੋਂ ਬਾਅਦ ਬੀਏ ਕਰਨ ਤੋਂ ਬਾਅਦ ਕੋਈ ਹੋਰ ਐਮਬੀਏ ਜਾਂ ਹੋਰ ਪਾਸਚ ਜਿਹੜਾ ਹੈਗਾ ਫਰਦਰ ਐਜੂਕੇਸ਼ਨ ਲਾਅ ਵਗੈਰਾ ਕਰ ਲੈਂਦਾ ਹੈ ਲੇਕਿਨ ਇਹਦੇ ਨਾਲ ਨਾਲ ਨਾਨ ਟੈਕਨੀਕਲ ਦੇ ਨਾਲ ਨਾਲ ਇੱਕ ਟੈਕਨੀਕਲ ਐਜੂਕੇਸ਼ਨ ਵੀ ਹੈ ਜੋ ਕਿ 10ਵੀਂ ਤੋਂ ਬਾਅਦ ਬੱਚਾ ਆਪਣੇ ਹੱਥ ਨਾਲ ਕੰਮ ਕਰਨ ਦੀ ਹੁਨਰ ਸਿੱਖ ਸਕਦਾ ਹੈ ਉਹ ਡਿਪਲੋਮਾ ਕਰ ਸਕਦਾ ਹੈ ਉਹ ਬੀਟੈਕ ਕਰ ਸਕਦਾ ਹੈ ਜਾਂ ਉਹ ਆਪਣਾ ਕਿਸੇ ਕੋਈ ਬਿਜ਼ਨਸ ਚਲਾਉਣਾ ਚਾਹੇ ਚਲਾ ਸਕਦਾ ਹੈ ਫੋਰਨ ਕੰਟਰੀ ਵੀ ਜਾ ਸਕਦਾ ਹੈ ਇਹ ਡਿਪੈਂਡ ਕਰਦਾ ਹੈ ਉਹਦੀ ਕਾਬਲੀਅਤ ਤੇ ਸੋ ਸਾਡੇ ਨਾਲ ਅੱਜ ਇਸ ਖਾਸ ਵਿਸ਼ੇ ਤੇ ਗੱਲ ਕਰਨ ਵਾਸਤੇ ਸਾਡੇ ਨਾਲ ਹਾਜ਼ਰ ਨੇ ਆ ਡਾਕਟਰ ਜਸਨਦੀਪ ਸਿੰਘ ਮੈਂ ਦੱਸਣਾ ਚਾਹਾਂਗਾ ਇਹਨਾਂ ਦੇ ਬਾਰੇ ਕਿ ਇਹ ਪੀ ਐਚ ਡੀ ਇਲੈਕਟ੍ਰੀਕਲ ਵਿੱਚ ਹੈਗੇ ਨੇ ਔਰ ਇਹਨਾਂ ਦਾ ਤਕਰੀਬਨ 14 ਸਾਲ ਦਾ ਐਕਸਪੀਰੀਅੰਸ ਹੈ ਬੀਇੰਗ ਅ ਪ੍ਰਿੰਸੀਪਲ ਔਰ ਵਾਈਸ ਪ੍ਰਿੰਸੀਪਲ ਦੇ ਤੇ ਇਹਨਾਂ ਨੇ ਹੁਣ ਤੱਕ 4 ਕਿਤਾਬ ਲਿਖ ਚੁੱਕੇ ਨੇ ਜੋ ਕਿ ਦੋ ਨੈਸ਼ਨਲ ਦੇ ਦੋ ਇੰਟਰਨੈਸ਼ਨਲ ਲੈਵਲ ਦੀਆਂ ਨੇ ਤੋਂ ਮੈਂ ਆ ਡਾਕਟਰ ਡਾਕਟਰ ਸਾਹਿਬ ਦਾ ਸਵਾਗਤ ਕਰਦਾ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਸੀਂ ਇਹ ਦੇਖਦੇ ਹਾਂ ਅਕਸਰ ਕਿ ਬੱਚਾ ਜੋ ਹੈ ਅਕਸਰ ਉਹ ਇਸ ਚੀਜ਼ ਦਾ ਪਜ਼ਲ ਹੁੰਦਾ ਹੈ ਕਿ ਉਹ ਕੀ ਕਰੇ ਕਿਉਂਕਿ ਸਰਕਾਰੀ ਨੌਕਰੀਆਂ ਜੋ ਨੇ ਉਹ ਹਰਥਾਂ ਅਵੇਲੇਬਲ ਨਹੀਂ ਹੈਗੀਆਂ ਔਰ ਪ੍ਰਾਈਵੇਟ ਜੌਬਸ ਦੀ ਵੀ ਜੋ ਹੁੰਦੀ ਹੈ ਇੱਕ ਫਿਊਚਰ ਉਹਦਾ ਅਨਸੇਫ ਹੁੰਦਾ ਹੈ ਕਹਿ ਲੋ ਕਿ ਉਹਨੂੰ ਖੁਦ ਪਤਾ ਹੁੰਦਾ ਹੈ ਕਿ ਜੇ ਕੋਈ ਮੇਰੇ ਤੋਂ ਘੱਟ ਪੈਸੇ ਦੇ ਕੋਈ ਮੇਰੇ ਬੌਸ ਨੂੰ ਕੋਈ ਮਿਲ ਗਿਆ ਤੇ ਉਹ ਸ਼ਾਇਦ ਮਨੁੱਖ ਚ ਕੱਢਣਾ ਦੇਵੇ ਤਾਂ ਇਹ ਜਿਹੜੀ ਟੈਕਨੀਕਲ ਐਜੂਕੇਸ਼ਨ ਹੈ ਤੁਸੀਂ ਸਾਨੂੰ ਇਹਦੇ ਬਾਰੇ ਚਾਨਣਾ ਪਾਓ ਕੀ ਇਹ ਕੀ ਹੁੰਦੀ ਹੈ ਅਸੀਂ ਇਹ ਵੀ ਸੁਣਿਆ ਕਿ اے اੀ ਸੀ ਟਿਊ ਥਰੂ ਇਹ ਜੋ ਬੱਚੇ ਡਿਪਲੋਮਾ ਕਰਦੇ ਨੇ 10ਵੀਂ ਤੋਂ ਬਾਅਦ ਸਰ ਇਹ ਟੈਕਨੀਕਲ এডੂਕੇਸ਼ਨ ਕੀ ਹੈ ਔਰ اے ਸੀ ਟਿ ਕੀ ਚੀਜ਼ ਹੈ ਥੋੜਾ ਦੱਸੋ ਸਾਨੂੰ ਗੁਰਮੀਤ ਜੀ اے اੀ سی ٹی ਦਾ ਮਤਲਬ ਹੈ 올 ਇੰਡੀਆ ਕੌਂਸਲ ਆਫ ਟੈਕਨੀਕਲ এডੂਕੇਸ਼ਨ ਇਹ 1945 ਦੇ ਵਿੱਚ ਸਟਾਰਟ ਹੋਈ ਸੀਗੀ ਤੇ ਇਹਦਾ ਮੇਨ ਕੰਮ ਜਿਹੜਾ ਸੀਗਾ ਉਹ ਸਾਰੀਆਂ ਡਿਜ਼ਾਈਨਿੰਗ ਮੈਨੂਫੈਕਚਰਿੰਗ ਪ੍ਰੋਡਕਸ਼ਨ ਤੇ ਰਿਪੇਅਰਿੰਗ ਦਾ ਮੇਨ ਕੰਮ ਸੀਗਾ ਇਹਨਾਂ ਨੂੰ ਨੌਲੇਜ ਟੈਕਨੀਕਲ ਨੌਲੇਜ ਪ੍ਰੋਵਾਈਡ ਕਰਨੀ ਜੀ ਏ 1947 ਦੇ ਵਿੱਚ ਏਸੀਟੀ ਦੇ ਵਿੱਚ 44 ਇੰਜੀਨੀਅਰਿੰਗ ਕਾਲਜ ਸੀਗੇ ਤੇ ਜਿਨ੍ਹਾਂ ਦੀ ਇਨਟੇਕ ਸੀ 3200 ਸਟੂਡੈਂਟ ਦੀ ਇਨਟੇਕ ਸੀਗੀ ਇਨਟੇਕ ਮੀਨਸ ਉਹਦੇ ਬੱਚੇ ਐਡਮਿਸ਼ਨ ਲੈ ਸਕਦੇ ਸੀ ਉਹ ਕੈਪੈਸਿਟੀ ਕਿੰਨੀ ਹੁੰਦੀ ਹੈ ਕੈਪੈਸਿਟੀ ਇਨਟੇਕ ਹਾਂਜੀ ਪੰਜਾਬ 올ਓਵਰ ਇੰਡੀਆ ਦੇ ਵਿੱਚ ਤੇ 42 ਜਿਹੜੇ ਪੋਲੀਟੈਕਨਿਕ ਸੀਗੇ ਜਿਨ੍ਹਾਂ ਦੀ ਇਨਟੇਕ ਸੀ 3400 3400 ਬੱਚੇ ਇਨਟੇਕ ਬੱਚੇ ਐਡਮਿਸ਼ਨ ਲੈ ਸਕਦੇ ਸੀ ਬਟ ਟਾਈਮ ਦੇ ਨਾਲ ਕੀ ਹੋਇਆ 2000 18 19 ਤੱਕ ਆਂਦੇ ਆਂਦੇ ਇਹ ਜਿਹੜੇ ਫਿਗਰ ਹੈ ਇੰਜੀਨੀਅਰਿੰਗ ਦੀ ਫਿਗਰ ਜਿਹੜੀ ਹੈ ਇਹ 15 ਲੱਖ 86341 ਹੋਗੀ ਇੰਜੀਨੀਅਰਿੰਗ ਦੀ ਜੀ ਜੀ ਬਟ ਅਸੀਂ ਇਸੇ ਫਿਗਰ ਨੂੰ ਅਗਰ ਦੇਖਿਆ ਜਾਵੇ ਤਾਂ 13 14 ਦੇ ਵਿੱਚ ਇਹ ਫਿਗਰ 18 ਲੱਖ 4353 ਦੇ ਕਰੀਬ ਸੀ ਜੀ ਫਿਰ 19 ਲੱਖ ਹੋਗੀ 19 ਲੱਖ 1501 ਹੋਗੀ 2014 15 ਦੇ ਵਿੱਚ ਤੇ ਟਾਈਮ ਦੇ ਨਾਲ ਇਹ ਘਟਦੀ 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 18 19 ਦੇ ਵਿੱਚ ਇਹ 15 ਲੱਖ 86341 ਇੰਟੈਗ ਰਹੀ ਆਲ ਓਵਰ ਇੰਡੀਆ ਦੀ ਮੈਂ ਇਹ ਦੇਖ ਰਿਹਾ ਤੁਸੀਂ ਜੋ ਜੋ ਸਾਨੂੰ ਸਟੈਟਿਸਟਿਕ ਦਿੱਤੇ ਨੇ ਇਹਦੇ ਹਿਸਾਬ ਨਾਲ ਮੈਂ ਦੇਖ ਰਿਹਾ ਕਿ ਇਹਦਾ ਜੋ ਲੋਕਾਂ ਪ੍ਰਤੀ ਜੋ ਇਹਨਾਂ ਦੇ ਵਿੱਚ ਵਿਸ਼ਵਾਸ ਸੀਗਾ ਜਾਂ ਕਹਿ ਲਓ ਕਿ ਜੋ ਚੁਕਾਬ ਸੀਗਾ ਉਹ 2013-14 ਤੋਂ ਬਾਅਦ ਘਟਿਆ ਹੈ ਜਾਂ ਉਸ ਤੋਂ ਲਾ ਲਓ ਪਹਿਲਾਂ ਘਟਦਾ ਆ ਰਿਹਾ ਸੀ ਜੋ ਕਿ 13 ਤੋਂ ਬਾਅਦ ਆਪਾਂ ਦੇਖ ਰਹੇ ਹਾਂ ਹੋਰ ਘਟਦਾ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਕਾਰਨ ਨੇ ਇਹੇ ਕਰਕੇ ਸਰ ਕਈ ਕਾਰਨ ਨੇ ਜਿੱਦਾਂ ਕਿ ਬੱਚਾ ਜਿਹੜਾ ਹੈਗਾ ਉਹ ਬਾਹਰ ਵੱਲੋਂ ਜ਼ਿਆਦਾ ਮੂਵ ਕਰ ਰਿਹਾ ਪਲੱਸ 2 ਕਰਕੇ ਜੀ ਜਿਹੜਾ ਮੈਂ ਅੱਜ ਦੀ ਡੇਟ ਚ ਕਾਰਨ ਦੇਖਣ ਨੂੰ ਮਿਲ ਰਿਹਾ ਬਹੁਤ ਸਾਰੇ ਲੱਖਾਂ ਦੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਨੇ ਪਲੱਸ 2 ਕਰਕੇ ਬਾਹਰ ਜਾ ਰਹੇ ਨੇ ਇੱਕ ਬੱਚਿਆਂ ਨੂੰ 10ਵੀਂ ਤੇ 12ਵੀਂ ਤੋਂ ਬਾਅਦ ਅਵੇਅਰਨੈਸ ਨਹੀਂ ਹੈਗੀ ਜੀ ਅਵੇਅਰਨੈਸ ਨਹੀਂ ਹੈਗੀ ਵੀ 10ਵੀਂ ਤੋਂ ਬਾਅਦ ਕੀ ਅਸੀਂ ਕਰ ਸਕਦੇ ਹਾਂ ਸਾਡਾ ਕੀ ਹੈਗਾ ਕੀ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਔਰ ਉਸ ਤੋਂ ਬਾਅਦ ਜਿਹੜੇ ਇੱਕ ਸਕੂਲਾਂ ਦਾ ਵੀ ਟ੍ਰੈਂਡ ਜਿਹੜਾ ਹੈਗਾ ਕਿਉਂਕਿ ਸਾਰੇ ਕਾਫੀ ਸਕੂਲ ਜਿਹੜੇ ਨੇ ਸੀਨੀਅਰ ਸੈਕੰਡਰੀ ਲੈਵਲ ਤੱਕ ਨੇ ਉਹ ਬੱਚਿਆਂ ਨੂੰ 10ਵੀਂ ਤੋਂ ਬਾਅਦ ਪਲੱਸ 1 ਪਲੱਸ 2 ਦਾ ਹੀ ਪ੍ਰਮੋਟ ਕਰਦੇ ਨੇ ਨਹੀਂ ਮੈਂ ਤੁਹਾਡੀ ਗੱਲ 'ਚ ਕਟਾਂਗਾ ਥੋੜੀ ਵੇ ਮੈਨੂੰ ਇਹ ਦੱਸੋ ਕਿ ਕੀ ਆਪਣੇ ਦੇਸ਼ ਵਿੱਚ ਕੋਈ ਐਸੀਆ ਸਿਸਟਮ ਨਹੀਂ ਹੈਗੀ ਕਿ ਬੱਚਾ ਇੱਥੇ ਰਹਿ ਕੇ ਆਪਣੇ ਆਪ ਨੂੰ ਸਟੈਬਲਿਸ਼ ਕਰੇ ਜਾਂ ਕੋਈ ਬਿਜ਼ਨਸ ਲਾਏ ਉਹ ਜ਼ਿਆਦਾਤਰ ਬਾਹਰ ਚਲੇ ਜਾਂਦੇ ਨੇ ਇਹਨਾਂ ਨਾਲ ਬ੍ਰੇਨ ਡ੍ਰੇਨ ਹੋ ਰਹੀ ਹੈ ਇਹਦੇ ਵਾਸਤੇ ਕਾਲਜ ਕੋਈ ਟਿਊਟੋਰੀਅਲ ਲਾਂਦਾ ਹੈ ਕੋਈ ਕਲਾਸਿਸ ਲਾਂਦਾ ਹੈ ਜਾਂ ਕੋਈ ਐਸੀ ਗੱਲ ਕਰਦਾ ਜਿੰਨਾਂ ਕਿ ਬੱਚੇ ਨੂੰ ਦੱਸਿਆ ਜਾਵੇ ਕਿ ਤੁਸੀਂ ਇੱਥੇ ਜਾ ਸਰਕਾਰੀ ਕੁਝ ਐਸੇ ਫੰਡੇ ਨੇ ਜਿਹੜਾ ਕਿ ਬੱਚਾ ਟਿਕਦਾ ਨਹੀਂ ਕੀ ਕਰਨ ਦੇ ਪਿੱਛੇ ਸਰ ਕਾਰਨ ਉਹ ਉਸੇ ਤੇ ਮੈਂ ਚਰਣਾ ਪਾਰਿਆ ਸੀਗਾ ਜੀ ਉਹਦੇ ਵਿੱਚ ਇੱਕ ਤਾਂ ਬੱਚਾ ਜਿਹੜਾ ਹੈਗਾ ਪਲੱਸ 2 ਤੋਂ ਬਾਅਦ ਬਾਹਰ ਜਾਦਾ ਜਾਦਾ ਹੈ ਜੀ ਜੀ ਸਭ ਤੋਂ ਵੱਡਾ ਕਾਰਨ ਇਹ ਹੈਗਾ ਵੀ ਪਲੱਸ 2 ਤੋਂ ਬਾਅਦ ਬੱਚਾ ਜਿਹੜਾ ਬਾਹਰ ਨੂੰ ਜ਼ਿਆਦਾ ਭਜ ਰਿਹਾ ਕਿਉਂਕਿ ਉੱਥੇ ਉਹਨਾਂ ਨੂੰ ਸੇਫਟੀ ਸਿਕਿਉਰਿਟੀ ਸਾਰੇ ਪੁਆਇੰਟ ਆਫ 뷰 ਨਾਲ ਉਹਨਾਂ ਨੂੰ ਲੱਗਦਾ ਵੀ ਸਾਡੀ ਜ਼ਿਆਦਾ ਵੈਲਿਊ ਉੱਥੇ ਜੀ ਜੀ ਬਟ ਉਹ ਤਾਂ ਉਹਦਾ ਰੀਜ਼ਨ ਇਹ ਹੈ ਵੀ ਉਹ ਕਿਉਂ ਜਾ ਰਿਹਾ ਬਾਹਰ ਜੀ 10ਵੀਂ ਤੋਂ ਬਾਅਦ ਦੇਖੋ ਸਾਰੇ ਜੇ ਆਪਾਂ ਨੂੰ ਇੱਕ ਨੌਲੇਜ ਬਾਰੇ ਪਤਾ ਹੈ ਵੀ ਮੈਂ 10ਵੀਂ ਤੋਂ ਬਾਅਦ ਆ ਚੀਜ਼ ਕਰਨੀ ਹੈ ਠੀਕ ਹੈ ਮੇਰੇ ਕੋਲ ਰਸਤੇ ਕਿਹੜੇ-ਕਿਹੜੇ ਨੇ ਠੀਕ ਹੈ ਫਿਰ ਮ ਇਇ ਚੁਣੂਗਾ ਠੀਕ ਹੈ ਨਾ ਜੀ ਉਸ ਤੋਂ ਅੱਗੇ ਫੋਲੋ ਕਰੂੰਗਾ ਆਉਣ ਵਾਲੇ ਟਾਈਮ 'ਚ 5 7 10 ਸਾਲ ਬਾਅਦ ਉਸ ਲਾਈਨ ਤੇ ਕਾਮਯਾਬ ਹੋ ਜਾਊਗਾ ਜੀ ਬਟ ਨਾਰਮਲੀ ਪ੍ਰੋਬਲਮ ਕੀ ਆਂਦੀ ਹੈ ਜਦੋਂ 10ਵੀਂ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਲਾਈਨ ਹੈ ਸਾਡੀ 10ਵੀਂ ਓਕੇ ਜ਼ਿੰਦਗੀ ਦੇ ਵਿੱਚ 10ਵੀਂ ਤੇ ਇੱਕ ਤੁਹਾਡੀ ਮੈਰਿਜ ਆਪਾਂ ਇਦਾਂ ਦੇ ਕਹਿ ਸਕਦੇ ਇਦਾਂ ਦੇ ਪੜਾਅ ਨੇ ਜਿੱਥੇ ਸਾਨੂੰ ਬਾਰ-ਬਾਰ ਸੋਚਣਾ ਪਊਗਾ ਪੱਕੇ ਇਹ ਚੀਜ਼ਾਂ ਫੈਸਲਾ ਕਰਨ ਲੱਗੇ ਆਪਾਂ ਸੋਚਦੇ ਆਂ ਵੀ ਕੀ ਠੀਕ ਹੈ ਕੀ ਨਹੀਂ ਜੀ 10ਵੀਂ ਤੋਂ ਬਾਅਦ ਸਕੂਲਾਂ ਦੇ ਜ਼ਿਆਦਾਤਰ ਸਕੂਲ ਸੀਨੀਅਰ ਸੈਕੰਡਰੀ ਹੋ ਚੁੱਕੇ ਨੇ ਉਹ ਸਕੂਲ ਕੀ ਕਰਦੇ ਨੇ ਬੱਚਿਆਂ ਨੂੰ 11ਵੀਂ 12ਵੀਂ ਲਈ ਪ੍ਰੋਮੋਟ ਕਰਦੇ ਨੇ ਬੱਚਿਆਂ ਦੇ ਬਾਰੇ ਸੋਚਿਆ ਨਹੀਂ ਜਾਂਦਾ ਬੱਚਿਆਂ ਬਾਰੇ ਪੁੱਛਿਆ ਨਹੀਂ ਜਾਂਦਾ ਵੀ ਇਹ ਕੀ ਕਰਨਾ ਚਾਹੁੰਦਾ ਕੀ ਨਹੀਂ ਕਰਨਾ ਚਾਹੁੰਦਾ ਲਾਸਟ ইয়ার ਤੋਂ ਇਸ 2018-19 ਤੋਂ ਟ੍ਰੈਂਡ ਇਹ ਵੀ ਦੇਖਣ ਚਾਹੀਏ ਅੱਗੇ گورਨਮੈਂਟ ਸਕੂਲ ਦੇ ਬੱਚੇ ਜਿਹੜੇ ਸੀਗੇ ਉਹ ਟੈਕਨੀਕਲ ਐਜੂਕੇਸ਼ਨ ਵੱਲ ਮੂਵ ਕਰਦੇ ਸੀਗੇ ਕਿਉਂਕਿ ਉਹਨਾਂ ਕੋਲ ਕੋਈ ਇੱਕ ਪ੍ਰੈਸ਼ਰ ਨਹੀਂ ਹੁੰਦਾ ਸੀ 11ਵੀਂ 12ਵੀਂ ਕਰਨ ਦਾ ਪਰ 2019 ਤੋਂ ਅਸੀਂ ਇਹ ਵੀ ਦੇਖਿਆ ਵੀ 11ਵਾਂ 2019 ਦੇ ਬੱਚਿਆਂ ਤੇ ਪ੍ਰੈਸ਼ਰ ਬਹੁਤ ਹੈ ਇਵਨ ਕਿ ਸਰਕਾਰੀ ਸਕੂਲਾਂ ਨੇ ਵੀ ਪ੍ਰੈਸ਼ਰ ਪਾਣਾ ਸ਼ੁਰੂ ਕੀਤਾ ਹੈ ਵੀ ਤੁਸੀਂ 11ਵੀਂ 12ਵੀਂ ਕਰੋ ਉਹਦੇ ਨਾਲ ਕੀ ਹੁੰਦਾ ਸਰ ਜਦੋਂ ਬੱਚਾ ਇੱਕ ਲਾਈਨ ਦੇ ਵਿੱਚ ਤੁਰਿਆ ਜਾਂਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕੀ ਠੀਕ ਕਰ ਰਿਹਾ ਨਹੀਂ ਠੀਕ ਕਰ ਰਿਹਾ ਇਹ ਬਹੁਤ ਵੱਡੇ ਰੀਜ਼ਨਸ ਨੇ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਵੀ ਹੈਗਾ ਸਰ ਇੱਕ ਜਿਹੜਾ ਇੰਟਰੈਕਸ਼ਨ ਜਿਹੜੀ ਹੈਗੀ ਟੈਕਨੀਕਲ ਐਜੂਕੇਸ਼ਨ ਟੈਕਨੀਕਲ ਇੰਸਟੀਚਿਊਟ ਦੀ ਸਕੂਲਾਂ ਨਾਲ ਨਹੀਂ ਹੋ ਪਉਂਦੀ ਜਿਹੜੇ ਟੈਕਨੀਕਲ ਲਾਈਨ ਦੇ ਬੰਦੇ ਨੇ ਉਹ ਦੱਸ ਨਹੀਂ ਪਾਉਂਦੇ ਵੀ ਇਹ ਤੁਹਾਡੇ ਲਈ ਫਿਊਚਰ ਕੀ ਠੀਕ ਹੈ ਕਿਉਂਕਿ ਪਲੱਸ 1 ਪਲੱਸ 1 ਤੁਰ ਪਿਆ ਫਿਰ ਉਹ ਉਧਰ ਹੀ ਨਿਕਲ ਜਾਂਦਾ ਹੈ ਅਗੇ ਮਤਲਬ ਰਸਤਾ ਉਸੇ ਲਾਈਨ ਚ ਨਿਕਲਦਾ ਪਰ ਜਿਹਦਾ ਇੰਟਰਸਟ ਮਕੈਨੀਕਲ ਦੇ ਵਿੱਚ ਹੈ ਉਹਦਾ ਇੰਟਰਸਟ ਕੰਪਿਊਟਰ ਦੇ ਵਿੱਚ ਹੈ ਉਹ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਇਹ ਵੀ ਕਰ ਸਕਦਾ ਜੀ ਜੀ ਜੋ ਅੱਜ ਕੱਲ ਸਖਤ ਲੋੜ ਹੈਗੀ ਏ ਕਿ ਜਿਹੜੇ ਟੈਕਨੀਕਲ ਜਿਹੜੇ ਬੰਦੇ ਨੇ ਜਾਂ ਟੈਕਨੀਕਲ ਕਾਲਜਿਸ ਹੈਗੇ ਨੇ ਸਕੂਲਾਂ ਜਾ ਕੇ ਆਪਣੇ ਆਪ ਵਰ ਦੱਸਣ ਬੱਚੇ ਨੂੰ ਸਮਝਾਣ ਕਿ ਉਹਦਾ ਫਿਊਚਰ ਕਿੱਥੇ ਸੇਫ ਹੈ ਬਿਲਕੁਲ ਮੈਨੂੰ ਇੱਥੇ ਇੱਕ ਗੱਲ ਦੱਸੋ ਕਿ ਜਿਹੜਾ ਇਹ ਤੁਸੀਂ ਗੱਲ ਕੀਤੀ ਪਲੱਸ 2 ਤੋਂ ਬਾਅਦ ਹੀ ਗੱਲ ਕੀਤੀ ਲੇਕਿਨ ਮੈਂ ਇਹ ਮੈਨੂੰ ਜਿਤ ਤੱਕ ਮੇਰਾ ਖਿਆਲ ਹੈ ਕਿ 10ਵੀਂ ਤੋਂ ਬਾਅਦ ਹੀ ਬੱਚਾ ਜਿਹੜਾ ਹੈਗਾ ਡਿਪਲੋਮਾ ਐਡਮਿਸ਼ਨ ਲੈ ਸਕਦਾ ਹੈ 10ਵੀਂ ਤੋਂ ਬਾਅਦ ਸਰ ਡਿਪਲੋਮਾ ਚ ਲੈ ਸਕਦਾ ਹੈ ਇੰਜੀਨੀਅਰਿੰਗ ਕਰਨ ਦੇ ਦੋ ਰਸਤੇ ਨੇ ਜੀ ਇੱਕ ਤਾਂ ਪਲੱਸ ਇੱਕ ਤਾਂ 10ਵੀਂ ਤੋਂ ਬਾਅਦ 3 ਸਾਲ ਦਾ ਡਿਪਲੋਮਾ ਕਰ ਸਕਦਾ ਹੈ ਬੱਚਾ ਤੇ 3 ਉਸ ਤੋਂ ਬਾਅਦ 3 ਸਾਲ ਦੀ ਬੀਟੈਕ ਕਰ ਸਕਦਾ ਹੈ ਉਸ ਉਸ ਟਾਈਮ ਦੇ ਵਿੱਚ ਵੀ 6 ਸਾਲ ਬੱਚੇ ਦੇ ਲੱਗਣਗੇ ਖਰਚਾ ਘੱਟ ਹੈ ਕੋਈ ਡਿਪਲੋਮੇ ਦਾ ਵੀ ਬਹੁਤ ਜ਼ਿਆਦਾ ਖਰਚਾ ਨਹੀਂ ਹੁੰਦਾ ਤੇ ਬੀਟੈਕ ਦੀ 3 ਸਾਲ ਦਾ ਵੀ ਬਹੁਤ ਜ਼ਿਆਦਾ ਨਾਲੇ ਇਹ ਜਿਹੜੀ ਐ এডਿਕੇਸ਼ਨ ਹੈਗੀ ਇਹ ਇਹ ਪ੍ਰੋਫੈਸ਼ਨਲ এডਿਕੇਸ਼ਨ ਹੈ ਜਿਹੜੀ ਚੀਜ਼ ਬੱਚਾ 10ਵੀਂ ਤੱਕ ਬਾਅਦ ਕਰੇਗਾ ਬੀਏ ਕਰੇਗਾ ਫੇਕ ਰੇ ਜਾ ਕੇ ਪ੍ਰੋਫੈਸ਼ਨਲਸ ਆਏਗਾ ਮਤਲਬ ਕਾਫੀ ਲੰਬਾ ਸਮਾਂ ਲੱਗ ਜਾਂਦਾ ਹੈ ਕਾਫੀ ਲੰਬਾ ਸਰ ਬਹੁਤ ਜ਼ਿਆਦਾ ਲੰਬਾ ਜੀ ਆਫਿਸ ਬਹੁਤ ਜ਼ਿਆਦਾ ਹੁੰਦੀਆਂ ਹਨ ਹਾਂਜੀ ਫੀਸਾਂ ਬਹੁਤ ਨੇ ਸਰ ਪਲੱਸ 2 ਨਾਨ ਮੈਡੀਕਲ ਮੈਡੀਕਲ ਦੇ ਵਿੱਚ ਜੇ ਕੋਈ ਬੱਚਾ ਐਡਮਿਸ਼ਨ ਲੈਂਦਾ ਤੁਸੀਂ ਦੇਖੋ ਕਿ ਟਿਊਸ਼ਨ ਦੇ ਕਿੰਨੇ ਫੀਸ ਫੀਸਾਂ ਨੇ 2 ਸਾਲ ਦੇ ਬੱਚੇ ਦੇ ਪੇਰੈਂਟਸ ਨੂੰ ਜੇਕਰ ਅਸੀਂ ਡਿਪਲੋਮੇ ਦੀ ਗੱਲ ਕਰੀਏ 3 ਸਾਲ ਦੇ ਡਿਪਲੋਮੇ ਦੇ ਵਿੱਚ ਟੋਟਲ ਜੋ ਬੋਰਡ ਦੀ ਫੀਸ ਹੈ ਅਪਰੋਕਸੀਮੇਟਲੀ 85-86 ਹਜ਼ਾਰ ਦੇ ਕਰੀਬ ਆ ਜਾਂਦੀ ਹੈ ਜੀ ਔਰ ਜੇ 3 ਸਾਲ ਦੀ ਬੀਟੈਕ ਕਰਦਾ ਹੈ ਤਾਂ ਉਹਦਾ ਅਪਰੋਕਸੀਮੇਟ ਖਰਚਾ 22 ਲੱਖ ਦੇ ਜਾਂ 2 ਲੱਖ 40 ਹਜ਼ਾਰ ਦੇ ਕਰੀਬ ਤੁਸੀਂ ਮੰਨ ਕੇ ਚੱਲੋ 3 ਸਾਲ ਦਾ ਪੈਂਦਾ ਹੈ ਅਗਰ ਟੋਟਲ ਫਿਗਰਸ ਨੂੰ ਕੈਲਕੂਲੇਟ ਕੀਤਾ ਤਾਂ 3 ਲੱਖ 26 ਹਜ਼ਾਰ ਦੇ ਕਰੀਬ 3 ਲੱਖ 30 ਹਜ਼ਾਰ ਦੇ ਕਰੀਬ ਜੋ 6 ਸਾਲ ਦਾ ਬੱਚੇ ਨੂੰ ਪੇ ਕਰਨਾ ਪੈਂਦਾ ਹੈ ਜੀ ਪਰ ਜੇ ਪਲੱਸ 2 ਦੀ ਅਸੀਂ ਗੱਲ ਕਰੀਏ ਪਲੱਸ 2 ਜੇਕਰ ਨਾਨ ਮੈਡੀਕਲ ਚ ਚੈੱਕ ਕਰਦਾ ਤਾਂ ਉਹਨੂੰ 2 ਸਾਲ ਲੱਗਦੇ ਨੇ ਤੇ ਖਰਚਾ ਜੀ ਟਿਊਸ਼ਨਾਂ ਦੇ ਖਰਚੇ ਕਿੰਨੇ ਨੇ ਘੱਟੋ ਘੱਟ ਵੀ 1.5 ਲੱਖ ਆਪਾਂ ਮੰਨ ਕੇ ਚੱਲੀਏ ਤੇ ਬੀਟੈਕ 4 ਸਾਲ ਦੀ ਹੈ ਫਿਰ ਉਹ ਹੀ 3 ਲੱਖ 3 ਲੱਖ ਰੁਪਇਆ ਖਰਚਾ ਹੈ ਜੀ ਮਤਲਬ ਟੋਟਲ ਘੱਟੋ ਘੱਟ ਵੀ 1.5 ਪੌਣੇ 2 ਲੱਖ 2 ਲੱਖ ਦਾ 1.5 ਲੱਖ ਦਾ ਫਰਕ ਪੈ ਜਾਂਦਾ ਹੈ ਜੇਕਰ ਤੁਸੀਂ ਡਿਪਲੋਮੇ ਥਰੂ ਜਾਂਦੇ ਹੋ ਟਾਈਮ ਉਨਾ ਹੀ ਲੱਗਣਾ ਹੈ ਅਵੇਅਰਨੈਸ ਨਹੀਂ ਹੈ ਬਸ ਸਿਰਫ ਮੇਨ ਕਮੀ ਹੈ ਅਵੇਅਰਨੈਸ ਦੀ ਜੀ ਜੀ ਜਿਵੇਂ ਮੈਂ ਦੇਖ ਰਿਹਾ ਕਿ ਤੁਹਾਡਾ ਔਰ ਤੁਸੀਂ ਇਹ ਤੇ ਸੀਨੀਅਰ ਪੋਜੀਸ਼ਨਸ ਤੇ ਤੁਸੀਂ ਜੌਬ ਕੀਤੀ ਔਰ ਵਧੀਆ ਜਿਹੜੇ ਇੰਜੀਨੀਅਰਿੰਗ ਕਾਲਜਸ ਜਗੇ ਨੇ ਟਾਪ ਮੋਸਟ ਹੈਗੇ ਤੁਸੀਂ ਉਹਨਾਂ ਦੇ ਵਿੱਚ ਆਪਣੀ ਸੇਵਾ ਨਿਭਾਈ ਹੈ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਜਿਹੜੇ ਬੱਚੇ ਟੈਕਨੀਕਲ এডੂਕੇਸ਼ਨ ਲੈਂਦੇ ਨੇ ਉਹਨਾਂ ਦਾ ਜੇ ਆਪਾਂ ਕਾਲਜ ਦੇ ਹਿਸਾਬ ਨਾਲ ਉਹਨਾਂ ਦੀ ਜੋ ਪਲੇਸਮੈਂਟ ਦੀ ਗੱਲ ਕਰੀਏ ਜਾਂ ਉਹਨਾਂ ਦੇ ਫਿਊਚਰ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਤੇ ਟੈਕਨੀਕਲ এডੂਕੇਸ਼ਨ ਵਾਲੇ ਬੱਚਿਆਂ ਵਿੱਚ ਤੁਸੀਂ ਕੀ ਫਰਕ ਦੇਖਦੇ ਹੋ ਕਿ ਉਹਨਾਂ ਦੇ ਮਤਲਬ ਉਹਨਾਂ ਦੇ ਐਸਟੈਬਿਸ਼ ਹੋਣ ਦੇ ਵਿੱਚ ਕਿੰਨਾ ਫਰਕ ਹੈ ਸਰ ਜਿਹੜਾ ਬੱਚਾ ਦੇਖੋ ਪਲੱਸ 2 ਨਾਨ ਮੈਡੀਕਲ ਕਰਕੇ ਆਈਆਈਟੀ ਦੇ ਵਿੱਚੋਂ ਜਾਂ ਨਾਈਟਸ ਦੇ ਵਿੱਚੋਂ ਥਾਪਰ ਪੈਕ ਤੋਂ ਜੀ ਐਨ ਇਚੋ ਐਡਮਿਸ਼ਨ ਲੈ ਕੇ ਪਾਸ ਆਊਟ ਕਰਦਾ ਹੈ ਜੀ ਉਹਦਾ ਡੈਫੀਨੇਟਲੀ ਇੱਕ ਸਟੈਪ ਅਹੈਡ ਰਹਿੰਦਾ ਹੈ ਬਾਕੀ ਕਾਲਜਿਸ ਨਾਲ 올ਓਵਰ ਹੈਣਾ ਜੀ ਕਿਉਂਕਿ ਜਿਹੜਾ ਉਹ ਬੱਚੇ ਨੇ ਉਹਨਾਂ ਦੀ ਇੱਕ ਮੈਰਿਟ ਉਹਨਾਂ ਦੀ ਜਿਹੜੀ ਸਟਾਰਟਿੰਗ ਹੈ ਉਹ ਕਾਫੀ ਹਾਈ ਲੈਵਲ ਤੋਂ ਸਟਾਰਟ ਹੁੰਦੀ ਹੈ ਤੇ ਜਦੋਂ ਉਹਦਾ ਐਂਡ ਪੁਆਇੰਟ ਹੈ ਉਹ ਵੀ ਕਾਫੀ ਹਾਈ ਚਲੇ ਜਾਂਦੇ ਜਿਹੜੇ ਸਾਡੇ ਬੱਚੇ ਨੇ ਨਾਰਮਲ ਇੱਕ ਕੈਂਡੀਡੇਟ ਹੈ ਅਗਰ ਉਹਦਾ ਸਟਾਰਟਿੰਗ ਪੁਆਇੰਟ ਉਰੋਂ ਹੈ ਤਾਂ ਉਹਦਾ ਐਂਡ ਪੁਆਇੰਟ ਵੀ ਹੋ ਰਹੀ ਹੈ ਮਤਲਬ ਉਸ ਲੈਵਲ ਤੱਕ ਜੋ IIT ਹੈ NIT ਵਾਲੇ ਬੱਚੇ ਨੇ ਉਹਨਾਂ ਨੂੰ ਨਹੀਂ ਛੂਪਾਂਦੇ ਜੀ 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 ਮੈਂ ਇਹ ਚੀਜ਼ ਮਹਿਸੂਸ ਕਰ 파 ਰਹੇ ਹਾਂ ਕਿ ਜਿਹੜਾ ਬੱਚਾ ਟੈਕਨੀਕਲ ਐਜੂਕੇਸ਼ਨ ਲੈਂਦਾ ਹੈ ਉਹਦਾ ਜਿਹੜਾ ਮੈਂਟਲ ਲੈਵਲ ਹੈ ਜੇ ਕੋਈ 10ਵੀਂ ਤੋਂ ਬਾਅਦ ਬੱਚਾ ਕੋਈ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਪੈਂਦਾ ਹੈ ਤੇ ਅਗਰ ਉਹ ਆਪਾਂ 2 ਸਾਲ ਬਾਅਦ ਉਹਨੂੰ 12ਵੀਂ ਦੇ ਬੱਚਿਆਂ ਨਾਲ ਕੰਪੇਅਰ ਕਰੀਏ ਉਹਦੀ ਆਈਕਿਊ ਦੇ ਸੰਬੰਧ ਦੇ ਵਿੱਚ ਜਾਂ ਉਹਦੇ ਐਕਟਿਵਨੈਸ ਦੇ ਸੰਬੰਧ ਦੇ ਵਿੱਚ ਤੇ ਬਹੁਤ ਫਰਕ ਹੁੰਦਾ ਇਹ ਚੀਜ਼ ਦੇਖੀ ਗਈ ਹੈ ਬੱਚੇ ਦੇ ਵਿੱਚ ਕਾਫੀ ਐਕਟਿਵਨੈਸ ਹੁੰਦੀ ਹੈ ਪਰ ਮੈਂ ਜੋ ਚੀਜ਼ ਇੱਥੇ ਦੇਖ ਪਾ ਰਹੇ ਹਾਂ ਜੋ ਸਟੈਟਿਸਟਿਕਸ ਜੋ ਅਸੀਂ ਕਲੈਕਟ ਕੀਤੇ ਨੇ ਉਸ ਹਿਸਾਬ ਨਾਲ ਮੈਂ ਇਹ ਮਹਿਸੂਸ ਕਰ ਪਾ ਰਹੇ ਹਾਂ ਕਿ ਇਹ ਬੱਚੇ ਜਿਹੜੇ ਮੈਟ੍ਰਿਕ ਵਿੱਚ ਐਡਮਿਸ਼ਨ ਲੈਂਦੇ ਨੇ ਇਹ 12ਵੀਂ ਜਾ ਕੇ ਉਹਨਾਂ ਦੀ ਜਿਹੜੀ ਪਰਸੈਂਟੇਜ ਹੈ ਬਹੁਤ ਘਟ ਜਾਂ ਸਰ ਇਹ ਚੀਜ਼ਾਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਅਸੀਂ ਵੀ ਮੈਂ ਤੇ ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਜ਼ਲਟਸ ਨੇ ਉਹਨਾਂ ਤੇ ਐਨਾਲਿਸਿਸ ਕੀਤਾ ਸੀਗਾ 2019 ਉਹ 2019 ਦੇ ਵਿੱਚ ਜਿਹੜੇ 10ਵੀਂ ਦੇ ਵਿੱਚ ਬੱਚੇ ਸੀ 317387 ਬੱਚੇ ਪੀਰ ਹੋਏ ਸੀਗੇ ਜੀ ਪਰ ਜੇ ਪਲੱਸ 2 ਤੱਕ ਜਾਂਦੇ ਜਾਂਦੇ ਇਹ ਬੱਚੇ 256228 ਬੱਚੇ ਰਹਿ ਗਏ 48159 ਬੱਚੇ ਜਿਹੜੇ ਨੇ ਇਹ ਛੱਡ ਗਏ 10ਵੀਂ ਦੇ ਵਿੱਚ 10ਵੀਂ ਚ ਅਪੀਅਰ ਹੋਏ ਪਰ ਪਲੱਸ 2 ਚ ਨਹੀਂ ਅਪੀਅਰ ਇਹ ਬਹੁਤ ਵੱਡਾ ਗੈਪ ਹੈਗਾ ਜਿਹੜਾ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਬੱਚਾ ਕਿਉਂ ਛੱਡ ਕੇ ਜਾ ਰਿਹਾ ਹੈ ਇਹ ਸਬਜੈਕਟ ਤਾਂ ਮੈਂ ਕਿਸੇ ਅਖਬਾਰ ਚ ਨਹੀਂ ਪੜਿਆ ਨਾ ਹੀ ਮੈਂ ਕਦੀ ਕਿਸ ਸੁਣਿਆ ਇਹ ਜੋ ਬੱਚਾ ਮਿਸਿੰਗ ਹੈ ਆਪਾਂ ਕਹਿ ਸਕਦੇ ਆ ਜੋ ਜੋ ਅਜੇ ਇਸ ਟਾਈਮ ਕਿਸੇ ਕੈਟਾਗਰੀ ਚ ਨਹੀਂ ਆ ਰਿਹਾ ਕਿਸੇ ਗਿਣਤੀ ਚ ਨਹੀਂ ਆ ਰਿਹਾ ਇਹ ਬਹੁਤ ਅਲਾਰਮਿੰਗ ਪੋਜੀਸ਼ਨ ਹੈ ਸਰਕਾਰ ਨੂੰ ਤੇ ਜੋ ਏਜੰਸੀਜ਼ ਨੇ ਉਹਨਾਂ ਨੂੰ ਵੀ ਇਹ ਦੇਖਣਾ ਚਾਹੀਦਾ ਹੈ ਕਿ ਜੇ ਬੱਚਾ 10ਵੀਂ ਤੋਂ ਬਾਅਦ 12ਵੀਂ ਚ ਨਹੀਂ ਗਿਆ ਤੋ ਕਿੱਥੇ ਹੈ ਕਿ ਉਹ ਉਹਦਾ ਉਹਦਾ ਜਿਹੜੀ ਪਾਲ ਹੈ ਉਹ ਆਪਾਂ ਕਿਵੇਂ ਕਰ ਸਕਦੇ ਆ ਤੁਹਾਨੂੰ ਕੀ ਲੱਗਦਾ ਹੈ ਬਿਲਕੁਲ ਸਰ ਇਹ ਬਹੁਤ ਅਲਰਮਿੰਗ ਸਿਚੁਏਸ਼ਨ ਹੈ ਜੀ ਅਗਰ 2018 ਦੇ ਅੰਕੜਿਆਂ ਤੇ ਅਸੀਂ ਦੇਖਿਆ ਜਾਵੇ ਤਾਂ 2018 ਦੇ ਵਿੱਚ 10ਵੀਂ ਦੇ ਵਿੱਚ 368295 ਬੱਚੇ ਅਪੀਅਰ ਹੋਏ ਜੀ ਤੇ ਪਲੱਸ 2 ਦੇ ਵਿੱਚ 3417 ਯਾਨੀ ਕਿ 67878 ਬੱਚਾੜਾ ਸੀ ਉਹ ਮਿਸਿੰਗ ਸੀ ਅਸੀਂ ਨਾਰਮਲੀ ਸਾਡੇ ਦਿਮਾਗ 'ਚ ਸਾਰਿਆਂ ਦਾ ਇਹ ਟ੍ਰੈਂਡ ਹੈ ਜਿਹੜਾ ਬੱਚਾ ਹੈਗਾ ਪਲੱਸ 2 ਤੋਂ ਬਾਅਦ ਚ ਬਾਹਰ ਜਾ ਰਿਹਾ ਹੈ ਜੀ ਬਟ ਹੁਣ ਇਸ ਚੀਜ਼ ਤੇ ਵੀ ਸਾਨੂੰ ਸੋਚਣ ਵਿਚਾਰ ਕਰਨ ਦੀ ਜ਼ਰੂਰਤ ਹੈ ਵੀ ਕੀ ਇਹ ਦਸਵੀਂ ਤੋਂ ਬਾਅਦ ਵੀ ਬਾਹਰ ਜਾ ਰਿਹਾ ਹੈ ਅਗਰ 70 70000 67 60000 ਬੱਚਾ ਮਿਸਿੰਗ ਹੈ ਇਹਦੇ ਵਿੱਚ ਬੱਚਾ ਗਿਆ ਕਿਥੇ ਜੀ ਜੀ ਇਹ ਬਹੁਤ ਵੱਡਾ ਚਿੰਤਾ ਦਾ ਸਵਾਲ ਹੈ ਕਿਉਂਕਿ ਇਹ ਬੱਚਾ ਸਾਡੇ ਲਈ ਅਸੀਂ ਦਸਵੀਂ ਤੋਂ ਬਾਅਦ ਸਾਡੀ ਜੋ ਸਟਰੈਟਜੀ ਹੈ ਉਹ ਸਾਰਾ ਕੁਝ ਇੱਕ ਮਾਈਂਡ ਇੱਕ ਕਿਉਂਕਿ ਇਹ ਚੀਜ਼ ਕੱਲੀ ਨਾ ਮਾਈਂਡ ਸੈਟਿੰਗ ਹੈ ਜੀ ਦਸਵੀਂ ਤੋਂ ਬਾਅਦ ਪਹਿਲੇ ਸੋਚਦੇ ਸੀ ਵੀ ਬਾਹਰ ਪਲੱਸ 2 ਤੋਂ ਬਾਅਦ ਚੱਲਾਗੇ ਹੁਣ ਦਸਵੀਂ ਤੋਂ ਬਾਅਦ ਵਾਰ ਕੀ ਕਰਨ ਜਾ ਰਹੇ ਆ ਜੀ ਜੀ ਇਹ ਕਿੱਥੇ ਗਿਆ ਇਸ ਤੇ ਬਹੁਤ ਵੱਡੀ ਇਹ ਨਹੀਂ ਬਹੁਤ ਵੱਡਾ ਸਵਾਲ ਹੈ ਜੀ ਸਰ ਇਹ ਤੁਹਾਨੂੰ ਸਮਝ ਆਇਆ ਅਸੀਂ ਇੱਕ ਗੱਲ ਹੋਰ ਹੈ ਕਿ ਸਰਕਾਰ ਨੇ ਕਈ ਕੌਸ਼ਲ ਸੰਸਥਾਵਾਂ ਵੀ ਜਿਹੜੀਆਂ ਨੇ ਉਹ ਲਾਈਆਂ ਨੇ ਲੇਕਿਨ ਅਸੀਂ ਉਹਦਾ ਵੀ ਇੱਕ ਜੋ ਅਸੀਂ ਉਹਦਾ ਜੋ ਸਟੈਟਿਸਟਿਕ ਦੇਖ ਪਾ ਰਹੇ ਹਾਂ ਅਸੀਂ ਉਹਦੇ ਵਿੱਚ ਵੀ ਇੰਨੇ ਬੱਚੇ ਸਟੈਬਲਿਸ਼ ਨਹੀਂ ਹੋਏ ਇੰਨੇ ਕਿਉਂਕਿ ਉੱਥੇ ਜ਼ਿਆਦਾਤਰ ਦੇਖਿਆ ਜਾ ਰਿਹਾ ਹੈ ਕਿ ਕੋਈ ਨਾ ਕੋਈ ਕੰਮ ਕਰਦਾ ਬੰਦਾ ਆਪਣੇ ਆਪ ਨੂੰ ਹੋਰ ਜ਼ਿਆਦਾ ਸ਼ਾਰਪ ਕਰਨ ਵਾਸਤੇ ਆਪ ਨੂੰ ਪਾਲਿਸ਼ ਕਰਨ ਵਾਸਤੇ ਉੱਥੇ ਗਿਆ ਤੇ ਉਹ ਉੱਥੇ ਗਵਰਨਮੈਂਟ ਦੀਆਂ ਪਾਲਿਟੀਆਂ ਲਈਆਂ ਉਹਨੇ ਤੇ ਯਾ ਲੋਨ ਸਿਸਟਮ ਲਿਆ ਤੇ ਸਭਨ ਵਧਿਆ ਜਿਹੜਾ ਫਰੈਸ਼ ਬੱਚਾ 10ਵੀਂ ਦਾ ਉਹ ਇਹਨਾਂ ਥਾਵਾਂ ਤੇ ਨਹੀਂ ਜਾਂਦਾ ਉਹ ਮੈਂ ਦੇਖ ਪਾ ਰਿਹਾ ਕਿ ਉਹ ਬੱਚਾ ਜਿਹੜਾ ਹੈਗਾ ਉਹ 12ਵੀਂ ਚ ਨਹੀਂ ਜਾ ਪਾ ਰਿਹਾ ਔਰ ਇਹ ਵੀ ਗੱਲ ਸੱਚ ਹੈ ਕਿ ਜੋ 10ਵੀਂ ਦਾ ਬੱਚਾ 10ਵੀਂ ਪਾਸ ਕਰ ਲੈਂਦਾ ਹੈ ਉਹਦੀ ਇਨੀ ਉਮਰ ਵੀ ਨਹੀਂ ਹੁੰਦੀ ਜਿਹੜਾ ਕਿ ਉਹਦਾ ਉਹ ਬਾਹਰ ਜਾ ਸਕੇ ਕਿਉਂਕਿ ਮੇਰੇ ਤੱਕ ਮੇਰਾ ਖਿਆਲ ਹੈ ਕਿ ਘੱਟੋ ਘੱਟ 20 ਸਾਲ ਤੋਂ ਜਾਂ 22 ਸਾਲ ਤੋਂ ਉੱਪਰ ਹੀ ਜਿਹੜਾ ਹੈਗਾ ਉਹ ਫੋਰਨ ਕੰਟਰੀ ਜਾ ਸਕਦਾ ਹੈ ਤਾਂ ਇਹ ਵਾਕਈ ਇਹ ਚੀਜ਼ ਬਹੁਤ ਵੱਡਾ ਸਵਾਲ ਹੈ ਅਚਾ ਤੇਰੇ ਵਾਰੇ ਤੁਸੀਂ ਇੱਕ ਚੀਜ਼ ਹੋਰ ਅਗਰ ਤੁਸੀਂ ਦੇਖੋਗੇ ਤਾਂ ਅਗਰ ਅਸੀਂ ਪਾਰਟਿਕੂਲਰ ਬ੍ਰਾਂਚ ਦੀ ਗੱਲ ਕਰੀਏ ਜੀ ਅਗਰ ਅਸੀਂ ਸਾਇੰਸ ਦੀ ਗੱਲ ਕਰੀਏ ਪਲੱਸ 2 ਸਾਇੰਸ ਦੇ ਵਿੱਚ ਤਾਂ ਮੈਂ ਜੋ ਇੱਕ ਆંકੜੇ ਦੇਖੇ ਸੀ ਕਿ 2014 ਦੇ ਵਿੱਚ 51115 ਬੱਚੇ ਸੀ ਉਸ ਤੋਂ ਬਾਅਦ 2015 ਦੇ ਵਿੱਚ 49106 ਰਹਿ ਗਏ ਇਹ 14 ਤੋਂ 15 ਦਾ ਅੰਕੜੇ ਇੱਕ ਵਾਰ ਜਰੂਰ ਘਟੇ ਸੀਗੇ ਉਸ ਤੋਂ ਬਾਅਦ ਕੰਟੀਨਿਊਸਲੀ ਸਾਇੰਸ ਗਰੁੱਪ ਜਿਹੜੇ ਬੱਚੇ ਆਪਟ ਕਰ ਰਹੇ ਨੇ ਬਟ ਅਗਰ ਸਭ ਤੋਂ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਇਹ ਹੈ ਵੀ 2019 ਦੇ ਵਿੱਚ ਇਹ ਅੰਕੜੇ 45725 ਯਾਨੀ ਕਿ ਪਿਛਲੇ ਸਾਲ ਦੇ ਮੁਕਾਬਲੇ 10251 ਬੱਚੇ ਇਦਾਂ ਦੇ ਨੇ ਜਿਨ੍ਹਾਂ ਨੇ ਸਾਇੰਸ ਗਰੁੱਪ ਆਪਟ ਨਹੀਂ ਕੀਤਾ ਇਹ ਬਹੁਤ ਵੱਡੀ ਸਿਚੁਏਸ਼ਨ ਹੈ ਸਰ ਅਗਰ ਆਰਟਸ ਦੀ ਗੱਲ ਕਰੀਏ ਆਰਟਸ ਦੀ ਕੰਟੀਨਿਊਸਲੀ 2004 ਤੋਂ ਇਹ ਟ੍ਰੈਂਡ ਘਟਦਾ ਜਾ ਰਿਹਾ ਹੈ ਆਰਜ਼ੇ ਵਿੱਚ ਕਿਸੇ ਟਾਈਮ ਤੇ 2048 ਬੱਚੇ 248000 459 ਬੱਚੇ ਸੀ ਪਰ 186000 ਰਹਿ ਗਏ ਇਸ ਵਾਰ 2019 ਦੇ ਵਿੱਚ ਮਤਲਬ ਕੰਟੀਨਿਊਸਲੀ ਆਰਟ ਦਾ ਟ੍ਰੈਂਡ ਘਟਦਾ ਜਾ ਰਿਹਾ ਹੈ ਪਰ ਟ੍ਰੈਂਡ ਮੈਂ ਦੇਖ ਰਿਹਾ ਹਰ ਦੇਖੋ ਤੁਸੀਂ ਜੋ ਦਿਖਾਇਆ ਸਟੈਟਿਸਟਿਕ ਦਿਖਾਏ ਨੇ এডਿਕੇਸ਼ਨ ਦਾ ਟ੍ਰੈਂਡ ਸਿਰਫ 10ਵੀਂ ਤੋਂ ਬਾਅਦ ਹੀ ਨਹੀਂ ਨਾਨ ਮੈਡੀਕਲ ਦਾ ਹਿਮਨਿਟੀਜ਼ ਦਾ ਕਮਰਸ ਦਾ ਸਭ ਦੇ ਵਿੱਚ ਜੋ ਹੈ ਇਹਦਾ ਲੈਵਲ ਘਟਦਾ ਜਾ ਰਿਹਾ ਹੈ ਔਰ ਜਿਹਦੇ ਨਾਲ ਕੀ ਜੋ ਸਿੱਖਿਆ ਸੰਸਥਾਵਾਂ ਨੇ ਖਾਸ ਤੌਰ ਤੇ ਇੰਗਲਿਸ਼ ਕਾਲਜ ਨੇ ਉਹਨਾਂ ਵੀ ਸਟੇਕ ਤੇ ਆ ਚੁੱਕੇ ਨੇ ਉਹਨਾਂ 'ਚ ਵੀ ਐਡਮਿਸ਼ਨਸ ਬਹੁਤ ਘਟ ਗਏ ਨੇ ਅੱਜ ਕੱਲ ਇਹ ਬਹੁਤ ਮੈਂ ਦੇਖ ਪੜ ਰਹੇ ਹ ਅਖਬਾਰਾਂ 'ਚ ਵੀ ਔਰ ਕਈ ਕਾਲਜਸ ਬੰਦ ਵੀ ਕਰਨੇ ਪਏ ਜene ਇਹ ਚੀਜ਼ ਬਹੁਤ ਵੱਡਾ ਅੱਜ ਕੱਲ ਰੋਲ ਹੈਗਾ ਕਿ ਇਹ ਜੇ ਤਾਂ ਬੱਚਾ ਪੜ ਕੇ ਕੁਝ ਬਣਦਾ ਹੈ ਉਹ ਵੀ ਨਹੀਂ ਸਾਡੇ ਕੋਲ ਕਿਸੇ ਲੈਵਲ ਕਿਸੇ ਤਰੀਕੇ ਦਾ ਕੋਈ ਸਬੂਤ ਹੈ ਲੇਕਿਨ ਸਾਨੂੰ ਇਹ ਸਬੂਤ ਹੈ ਨਹੀਂ ਕਿ ਬੱਚਾ 10ਵੀਂ ਤੋਂ ਬਾਅਦ ਗਾਇਬ ਹੋ ਗਿਆ 12ਵੀਂ ਤੱਕ ਨਹੀਂ ਪਹੁੰਚਿਆ ਪੂਰੇ ਬੱਚੇ ਨਹੀਂ ਪਹਾ ਪਹੁੰਚੇ ਔਰ 12ਵੀਂ ਕਰਨ ਤੋਂ ਬਾਅਦ ਵੀ ਜਿਨ੍ਹਾਂ ਬੱਚਿਆਂ ਨੇ ਐਡਮਿਸ਼ਨ ਲਿਆ ਹੈ ਉਹਨਾਂ ਦੇ ਵੀ ਹਰ ਸਾਲ ਜੋ ਹੈ ਉਹ ਜੋ ਉਹਨਾਂ ਦੀ ਤਾਦਾਦ ਹੈ ਉਹ ਘਟਦੀ ਜਾ ਰਹੀ ਹੈ ਬਿਲਕੁਲ ਸਹੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੇਰੇ ਵਿਚਾਰ ਇਹ ਨੇ ਜੀ 2018 ਤੱਕ ਅਗਰ ਸਾਇੰਸ ਗਰੁੱਪ ਦੀ ਗੱਲ ਕਰੀਏ ਤਾਂ ਬੱਚਾ ਹਰ ਸਾਲ ਜਿੱਦਾਂ ਨੇ ਮਰਜ਼ੀ ਹਾਲਾ ਸੀਗੇ ਸਾਇੰਸ ਗਰੁੱਪ ਲੋਕ ਆਪਟ ਕਰ ਰਹੇ ਸੀਗੇ ਜੀ ਕੰਟੀਨਿਊਸਲੀ ਚੈੱਕ ਤੇ 3000 ਦੀ ਇਨਕਰੀਮੈਂਟ ਹੋਈ ਚਾਹੇ 85 ਬੱਚਿਆਂ ਦੀ ਇਨਕਰੀਮੈਂਟ ਹੋਈ 2018 ਤੱਕ ਬੱਚੇ ਸਾਇੰਸ ਗਰੁੱਪ ਵਿੱਚ ਆਪਟ ਇੱਕ ਇੱਕ ਕੰਸਿਸਟੈਂਟਲੀ ਕੰਸਿਸਟੈਂਟਲੀ ਉਹ ਜਿਹੜਾ ਚੱਲ ਰਿਹਾ ਸੀ ਸਾਇੰਸ ਗਰੁੱਪ ਜੀ ਐਦਾਂ ਹੀ ਅਸੀਂ ਕਮਰਸ ਗਰੁੱਪ ਕੰਸਿਸਟੈਂਟਲੀ ਚੱਲ ਰਿਹਾ ਸੀਗਾ ਪਰ ਜਿਹੜੀ ਆਰਟਸ ਗਰੁੱਪ ਦੀ ਅਸੀਂ ਗੱਲ ਕਰੀ ਤਾਂ ਇਹ ਆਰਟਸ ਗਰੁੱਪ ਦਾ ਟ੍ਰੈਂਡ ਜਿਹੜਾ ਹੈਗਾ 2005 ਤੋਂ ਕੰਟੀਨਿਊਸਲੀ ਘਟਦਾ ਜਾ ਰਿਹਾ ਹੈ ਜੀ ਜੀ ਹੈਨਾ ਬਟ 2019 ਦੇ ਵਿੱਚ ਸਾਇੰਸ ਗਰੁੱਪ ਦੇ ਵਿੱਚ ਵੀ ਬਹੁਤ ਅਫੈਕਟ ਹੋਇਆ ਆਰਟਸ ਦੇ ਵਿੱਚ ਵੀ ਬਹੁਤ ਕਮਰਸ ਦੇ ਵਿੱਚ ਵੀ ਬਹੁਤ ਜ਼ਿਆਦਾ ਅਫੈਕ ਇਵੇਂ ਕਿ ਤੁਸੀਂ ਕਮਰਸ ਦੇ ਵਿੱਚ ਤੁਸੀਂ ਦੇਖੋ 3452 ਬੱਚੇ ਜਿਹੜੇ ਨੇ ਇਸ ਸਾਲ 2019 ਦੇ ਵਿੱਚ 2018 ਦੇ ਮੁਕਾਬਲੇ ਘਟ ਗਏ ਮਤਲਬ ਹਰ ਇਫੈਕਟ ਕਰ ਰਿਹਾ ਹੋ ਸਕਦਾ ਹੈ ਵੀ ਬੱਚੇ ਪਹਿਲੇ ਸੋਚਦੇ ਹੁਣ ਵੀ ਪਲੱਸ 2 ਤੋਂ 800 ਬਾਅਦ ਅਸੀਂ ਬਾਹਰ ਜਾਈਏ ਸਾਲ ਦਾ ਫਿਊਚਰ ਬੈਟਰ ਹੈ ਹੁਣ ਨਾਨ ਮੈਡੀਕਲ ਵਾਲੇ ਜਾਂ ਕਮਰਸ ਵਾਲੇ ਜਾਂ ਮੈਡੀਕਲ ਵਾਲੇ ਬੱਚੇ ਪਿਛਲੇ ਸਭੋਸਾ 2018 ਤੱਕ ਨਾ ਸੋਚਦੇ ਹੁਣ ਜੀ ਜੀ ਬਟ 2019 ਦੇ ਟ੍ਰੈਂਡਸ ਤੋਂ ਤਾਂ ਇਹੀ ਪਤਾ ਲੱਗਦਾ ਵੀ ਇਹ ਵੀ ਸੋਚਦੇ ਨੇ ਵੀ ਸਾਨੂੰ ਇਹ ਲਾਈਨ 'ਚ ਜਾਣਾ ਨਹੀਂ ਚਾਹੀਦਾ ਜੀ ਜੀ ਬਹੁਤ ਵੱਡੀ ਇਹ ਸਿਚੁਏਸ਼ਨ ਦੇ ਵਿੱਚ ਜੀ ਇਹ ਅਲਰਮਿੰਗ ਸਿਚੁਏਸ਼ਨ ਹੈ ਬਿਲਕੁਲ ਮੈਂ ਤੁਹਾਨੂੰ ਸਮਝ ਸਕਦਾ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਜੋ ਬੱਚਿਆਂ ਨੇ ਹੁਣ ਤੱਕ ਜੋ ਤਾਦਾਦ ਉਹਨਾਂ ਦੀ ਘਟੀ ਹੈ ਇਹ ਸਰਕਾਰੀ ਜੋ ਸੰਸਥਾਵਾਂ ਨੇ ਨਾ ਤੇ ਇਹਦੇ ਵਾਸਤੇ ਕੋਈ ਪਾਲਿਸੀ ਬਣੀ ਹੈ ਰਾਜਨੀਤਿਕ ਦਲ ਵੀ ਆਪਣੇ ਇਲੈਕਸ਼ਨਸ ਨੂੰ ਵੱਧ ਤੋਂ ਵੱਧ ਕਿਵੇਂ ਉਹਨੂੰ ਵਧਾਇਆ ਜਾਵੇ ਵੋਟਾਂ ਨੂੰ ਕਿਵੇਂ ਵਧਾਇਆ ਜਾਵੇ ਇਹ ਹੀ ਅੱਜਕੱਲ ਉਹ ਨੀਤੀਆਂ ਬਣਾਉਂਦੇ ਨੇ ਬੱਚਿਆਂ ਵਾਸਤੇ ਬੱਚਿਆਂ ਦੇ ਫਿਊਚਰ ਵਾਸਤੇ ਐਜੂਕੇਸ਼ਨ ਵਾਸਤੇ ਕੋਈ ਅਸੀ ਨੀਤੀ ਨਹੀਂ ਬਣੀ ਕਿ ਬੱਚਿਆਂ ਨੂੰ ਪ੍ਰੋਪਰ ਉਹਨਾਂ ਦੀ ਭਾਲ ਕਰਕੇ ਉਹਨਾਂ ਨੂੰ ਜੋ ਬੱਚਾ ਪੜ ਰਿਹਾ ਹੈ ਉਹਦੇ 'ਚ ਉਹਨਾਂ ਨੂੰ ਸਹਾਇਤਾ ਕਰਕੇ ਉਹਨਾਂ ਦੇ ਕਿਸੇ ਪਲੇਸਮੈਂਟ ਵਾਸਤੇ ਜਾਂ ਉਹਨਾਂ ਦੇ ਕਿਸੇ ਕੋਈ ਪਰੇਸ਼ਾਨੀ ਆ ਰਹੀ ਹੈ ਫੀਸ ਸਟਰਕਚਰ ਦੀ ਇਸ ਪਾਸੇ ਕੋਈ ਧਿਆਨ ਨਹੀਂ ਹੋ ਰਿਹਾ ਔਰ ਮੈਂ ਦੇਖਿਆ ਹੈ ਕਿ ਕਈ ਐਸੀ ਸਕੀਮਾਂ ਬਣੀਆਂ ਵੀ ਨੇ ਪਰ ਉਹ ਸਕੀਮਾਂ ਜਨਤਾ ਤੱਕ ਨਹੀਂ ਪਹੁੰਚੀਆਂ ਜਾਂ ਘੱਟ ਪਹੁੰਚੀਆਂ ਨੇ ਇਹ ਚੀਜ਼ਾਂ ਬਹੁਤ ਵੱਡਾ ਰੋਲ ਹੈ ਅੱਛਾ ਸਰ ਮੈਨੂੰ ਇਹ ਗੱਲ ਦੱਸੋ ਕਿ ਜਿਹੜੇ ਬੱਚੇ ਟੈਕਨੀਕਲ ਐਜੂਕੇਸ਼ਨ ਜਿਹੜੇ ਹੈਗੇ ਨੇ ਉਹ ਲੈਂਦੇ ਨੇ ਜੇ ਆਪਾਂ ਏਜ ਵਰਗ ਦੀ ਗੱਲ ਕਰੀਏ 10ਵੀਂ ਤੋਂ ਬਾਅਦ ਜਾਂ 12ਵੀਂ ਤੋਂ ਬਾਅਦ ਉਹਨਾਂ ਦਾ ਕੀ ਇੰਟਰਸਟ ਹੁੰਦਾ ਕਿਸ-ਕਿਸ ਪਾਸੇ ਜਾਣਾ ਚਾਹੁੰਦੇ ਨੇ ਜੀ ਉਹ ਸਰ ਇੱਕ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ ਬੜਾ ਇੰਪੋਰਟੈਂਟ ਹੈ ਬਟ ਜਿਹੜੀ ਜਿਹੜੀ ਬੱਚੇ ਨੂੰ ਅਗਰ ਉਸ ਦੇ ਇੰਟਰਸਟ ਦੇ ਅਕੋਰਡਿੰਗਲੀ 10ਵੀਂ ਤੋਂ ਚੱਲਣਾ ਸ਼ੁਰੂ ਹੋ ਜਾਏ ਤਾਂ ਉਹ 4-5-6 ਸਾਲ ਦੇ ਵਿੱਚ ਆਪਣੇ ਆਪ ਨੂੰ ਸੈੱਟ ਕਰ ਲੈਂਦਾ ਹੈ ਜੀ ਜਿਹੜਾ ਤੁਸੀਂ ਹੁਣ ਗੱਲ ਕਰ ਰਹੇ ਸੀਗੇ ਅਸੀਂ ਇੱਕ ਸਰਵੇ ਕੀਤਾ ਸੀਗਾ ਆਪਣੇ ਸਟੂਡੈਂਟਸ ਦੇ 334 ਬੱਚਿਆਂ ਦੇ ਸਟੂਡੈਂਟਸ ਦੇ ਸਰਵੇ ਕੀਤਾ ਸੀ ਜਿਹਦੇ ਵਿੱਚੋਂ ਸਿਰਫ ਗਵਰਨਮੈਂਟ ਜੌਬ ਦੇ ਵਿੱਚ 34% ਬੱਚੇ ਹੀ ਇਦਾਂ ਦੇ 34 ਸਟੂਡੈਂਟ ਯਾਨੀ ਕਿ 10.17% ਬੱਚੇ ਹੀ ਇਦਾਂ ਦੇ ਸੀਗੇ ਜਿਹੜੇ ਕਿ ਸਰਕਾਰੀ ਜੌਬਸ ਜਾਣਾ ਚਾਹੁੰਦੇ ਸੀਗੇ ਜੀ ਜੀ ਤੇ ਜਿਹੜੇ ਆਰਨ ਫੋਰ ਸੀਸੀ ਦੇ 3.5% ਬਾਹਰ ਜਿਹੜੇ ਨੇ ਆਪਾਂ ਕਹਿੰਦੇ ਬਾਹਰ ਜਾਣਾ ਸਾਰੇ ਬੱਚੇ ਬੱਚੇ ਜਿਹੜੇ ਡਿਪਲੋਮਾ ਡਿਗਰੀਆਂ ਕਰ ਲੈਂਦੇ ਨੇ ਉਹਨਾਂ ਦਾ ਜੋ ਅਸੀਂ ਸਰਵੇ ਕੀਤਾ ਉਹ ਸਿਰਫ 9.28% ਬੱਚੇ ਹੀ ਸੀ ਜਿਹੜੇ ਕਿ ਬਾਹਰ ਜਾਣ ਚ ਇੰਟਰਸਟਿਡ ਸੀਗੇ ਅਗਰ ਔਰ ਇਹਨਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਜਾ ਤੇ ਤਕਰੀਬਨ 3% ਦੇ ਕਰੀ ਬੱਚੇ ਉਸ ਜਿਹੜੇ 뮤직 ਡਾਂਸ ਐਕਟਿੰਗ ਸਿੰਗਿੰਗ ਚ ਵੀ ਆਪਟ ਕਰਦੇ ਨੇ ਆਪਣੇ ਅਸੀਂ ਉਸ ਲਾਈਨ ਚ ਜਾਣਾ ਹੈ ਬਿਜ਼ਨਸ ਲਈ ਸਿਰਫ 1% ਤੋਂ ਵੀ ਘੱਟ ਬੱਚੇ ਸੀਗੇ ਜਿਹੜੇ ਕਿ ਬਿਜ਼ਨਸ ਲਾਈਨ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਨੇ ਤੇ ਜਿਹੜੇ ਜ਼ਿਆਦਾ ਬੱਚੇ ਸੀਗੇ ਉਹ ਹਾਇਰ ਐਜੂਕੇਸ਼ਨ ਨੂੰ ਪ੍ਰੇਫਰ ਕਰਦੇ ਨੇ ਵੀ ਸਾਡੀ ਅਸੀਂ ਡਿਪਲੋਮਾ ਕਰਕੇ ਡਿਗਰੀ ਵੱਲ ਜਾਈਏ ਟੈਕਨੀਕਲ ਵੱਲ ਹੋਰ ਹੋਰ ਉੱਪਰ ਨੂੰ ਜਾਈਏ ਬੱਚਿਆਂ ਦੇ ਨਾ ਮਾਈਂਡ ਦੀ ਇੱਕ ਸੈਟਿੰਗ ਹੁੰਦੀ ਹੈ ਵੀ ਉਹਨਾਂ ਨੂੰ ਆਪਾਂ ਉਹਦੇ ਬੱਚੇ ਨੇ ਬੱਚੇ ਨੇ ਬਟ ਬੱਚੇ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਮੈਂ ਕਿਹੜੀ ਚੀਜ਼ ਜੇ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣਾ ਹੈ ਜੀ ਜੀ ਅਗਰ ਤੁਸੀਂ ਮੈਂ ਇੱਕ ਅਸੀਂ ਸਰਵੇ ਦੇ ਵਿੱਚ ਦੇਖਿਆ ਜਿਹੜੇ ਇਲੈਕਟ੍ਰੋਨਿਕਸ ਵਿੱਚ ਬੱਚੇ ਜਿਹੜੇ ਐਡਮਿਸ਼ਨ ਲੈਂਦੇ ਨੇ ਅੱਜ ਕੱਲ ਇਲੈਕਟ੍ਰੋਨਿਕ ਦਾ ਟ੍ਰੈਂਡ ਥੋੜਾ ਜਿਹਾ ਡਾਊਨ ਚੱਲ ਰਿਹਾ ਹੈ ਪਰ ਉਸ ਬੱਚੇ ਨੂੰ ਵੀ ਪਤਾ ਹੈ ਵੀ ਮੈਂ ਇਲੈਕਟ੍ਰੋਨਿਕਸ ਲੈ ਰਿਹਾ ਮੇਰਾ ਅੱਗੇ ਫਿਊਚਰ ਕੀ ਹੈ ਮੈਂ ਕੀ ਕਰਨਾ ਚਾਹੁੰਦਾ ਅਸੀਂ ਇਹ ਸਰਵੇ ਦੇ ਵਿੱਚ ਦੇਖਿਆ ਵੀ 56% ਬੱਚੇ ਜਿਹੜੇ ਨੇ ਜਿਹੜੇ ਇਲੈਕਟ੍ਰੋਨਿਕਸ ਲੈ ਰਹੇ ਨੇ ਉਹਨਾਂ ਨੂੰ ਉਹ ਹਾਇਰ ਸਟੱਡੀਜ਼ ਲਈ ਪਸੰਦ ਕਰ ਰਹੇ ਨੇ ਹਾਇਰ ਸਟੱਡੀਜ਼ ਲਈ ਜਾਇਆ ਜਾ ਰਿਹਾ ਹੈ ਕੰਪਿਊਟਰ ਸਾਇੰਸ ਇਲੈਕਟ੍ਰੋਨ ਕੰਪਿਊਟਰ ਸਾਇੰਸ ਦੀ ਅਸੀਂ ਜਿਹੜੀ ਮੇਨ ਪ੍ਰੋਬਲਮ ਦੇਖੀ ਹੈ ਬੱਚੇ ਨੂੰ ਸਿਰਫ 5 5 ਜਾਂ 6 ਫੀਲਡਸ ਬਾਰੇ ਹੀ ਪਤਾ ਹੈ ਵੀ ਇਹ ਫੀਲਡਸ ਨੇ ਜਿਦਾ ਵੈਬ ਡਿਜ਼ਾਈਨਿੰਗ ਹੋ ਗਿਆ ਕੋਈ ਨੈਟਵਰਕਿੰਗ ਹੋ ਗਿਆ ਬਟ ਬਹੁਤ ਸਾਰੇ ਫੀਲਡਸ ਐਦਾਂ ਦੇ ਨੇ ਜਿਨ੍ਹਾਂ ਦੇ ਬਾਰੇ ਬੱਚੇ ਨੂੰ ਪਤਾ ਹੀ ਨਹੀਂ ਹੈਗਾ ਜਿਦਾ ਕਿ ਕਲਾਉਡ ਕੰਪਿਊਟਿੰਗ ਤੇ ਅੱਜਕੱਲ ਬਹੁਤ ਕੰਮ ਚੱਲ ਰਿਹਾ ਹੈ ਸਾਈਬਰ ਕਰਾਈਮਸ ਨੇ ਔਰ ਈਵਨ ਕਿ ਟੀਚਰਸ ਵੀ ਉਹਨਾਂ ਨੂੰ ਉਸ ਤਰੀਕੇ ਨਾਲ ਗਾਈਡ ਨਹੀਂ ਕਰ ਪਾਉਂਦੇ ਜਿਨ੍ਹਾਂ ਦੀ ਜਿਸ ਤਰੀਕੇ ਦੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਤੇ ਸਿਰਫ ਇਹ ਇਲੈਕਟ੍ਰੋਨਿਕਸ ਤੇ ਕੰਪਿਊਟਰ ਸਾਇੰਸ ਵਾਲੇ ਬੱਚੇ ਜਿਹੜੇ ਸਿਰਫ 12% ਦੇ ਕਰੀਬ ਬੱਚੇ ਨੇ ਜਿਹੜੇ ਕੀ ਗਵਰਨਮੈਂਟ ਜੌਬ ਨੂੰ ਪ੍ਰੇਫਰ ਕਰਦੇ ਨੇ ਜੀ 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 ਇਲੈਕਟ੍ਰੀਕਲ ਵਾਲੇ ਬੱਚਿਆਂ ਤੇ ਅਸੀਂ ਦੇਖਿਆ 70% ਬੱਚੇ ਇਦਾਂ ਦੇ ਨੇ ਜਿਹੜੇ ਕੀ ਹਾਇਰ ਐਜੂਕੇਸ਼ਨ ਨੂੰ ਪ੍ਰੇਫਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੀਟੈਕ ਤੋਂ ਬਾਅਦ ਬਹੁਤ ਜ਼ਿਆਦਾ ਓਪਰਚ्युनिटीਜ਼ ਨੇ ਇੰਜੀਨੀਅਰਿੰਗ ਦੇ ਵਿੱਚ ਬੀਟੈਕ ਦੀ ਮਕੈਨੀਕਲ ਵਾਲੇ ਜਿਹੜੇ ਜ਼ਿਆਦਾ 45% ਬੱਚੇ ਆਟੋਮੋਬਾਈਲ ਸੈਕਟਰ ਚ ਪਸੰਦ ਕਰਦੇ ਨੇ ਉਹ ਅਸੀਂ ਆਟੋਮੋਬਾਈਲ ਸੈਕਟਰ ਜਾਣਾ ਔਰ ਸਿਵਲ ਦੇ ਵਿੱਚ 38% ਬੱਚੇ ਇਦਾਂ ਦੇ ਨੇ ਜਿਹੜੇ ਕਿ ਗਵਰਨਮੈਂਟ ਜੌਬ ਨੂੰ ਪ੍ਰੇਫਰ ਕਰਦੇ ਨੇ ਵੀ ਅਸੀਂ ਗਵਰਨਮੈਂਟ ਹਰ ਬੱਚੇ ਨੂੰ ਪਤਾ ਹੈ ਬ੍ਰਾਂਚ ਲੈਣ ਤੋਂ ਪਹਿਲੇ ਉਹਨਾਂ ਨੂੰ ਪਤਾ ਲੱਗ ਜਾਂਦਾ ਮੈਂ ਕਿਦਾਂ ਜੀ 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 ਮੈਂ ਇੱਕ ਅਹਿਮ ਸਵਾਲ ਮੇਰਾ ਤੁਹਾਡੇ ਨਾਲ ਕਿ ਅਸੀਂ ਜਦੋਂ ਬੱਚਾ ਇਹ ਦੇ ਮਨ ਦੇ ਵਿੱਚ ਵਿਚਾਰ ਬੰਨਦਾ ਹੈ ਕਿ ਮੈਂ ਮਤਲਬ ਪਲੱਸ 1 ਪਲੱਸ 2 ਨਹੀਂ ਕਰਨੀ ਜਾਂ ਮੈਂ ਕੋਈ ਲੰਬੀ ਐਜੂਕੇਸ਼ਨ ਨਹੀਂ ਪੜਨਾ ਕਿਉਂਕਿ ਪਹਿਲਾਂ ਮੈਂ ਕਈ ਸਾਲ ਬਰਬਾਦ ਕਰਾਂਗਾ ਫਿਰ ਮੈਂ ਜਾ ਕੇ ਕੋਈ ਡਿਗਰੀ ਮਿਲਦੀ ਹੈ ਕਿਸੇ ਬੀਏ ਦੀ ਜਾਂ ਬੀਸੀਏ ਦੀ ਜਾਂ ਐਮ ਐਮਸੀਏ ਦੀ ਜਾਂ ਕੋਈ ਵੀ ਅੱਗੇ ਫਰਦਰ ਉਹਨੂੰ ਪਤਾ ਹੈ ਕਿ ਮੈਂ ਉੱਥੇ ਪਿਕਅਪ ਨਹੀਂ ਕਰ ਪਾਵਾਂਗਾ ਕਰ ਵੀ ਪਾਵਾਂਗਾ ਕਿ ਮੈਨੂੰ ਅਗਰ ਹਾਇਰ এডਿਕੇਸ਼ਨ ਦੇ ਪਹੁੰਚ ਵੀ ਗਿਆ ਮੈਂ ਲੈ ਵੀ ਲਈ ਤੇ ਮੈਨੂੰ ਕੰਪਰੋਮਾਈਜ਼ ਕਰਕੇ ਕਿਤਨਾ ਕਿਤੇ ਜੌਬ ਕਰਨੀ ਪੈਗੀ ਕਿਉਂਕਿ ਆਪਣੇ ਜਿੱਥੇ ਉਹ ਬੱਚਾ ਦਾਦਰ ਜਿਹਾ ਆਪਾਂ ਪੰਜਾਬ ਜਾਂ ਪਟਿਆਲੇ ਦੀ ਗੱਲ ਕਰ ਲਈਏ ਕੋਈ ਐਡਾ ਵੱਡਾ ਇੱਥੇ ਇੰਡਸਟਰੀਜ਼ ਨਹੀਂ ਹੈਗੀਆਂ ਜਿਹੜਾ ਕਿ ਉਹ ਬੱਚਾ ਉਹਨੂੰ ਕੰਪਲੀਟ ਕਰ ਸਕੇ ਤੇ ਕੰਪਰੋਮਾਈਜ਼ ਬੱਚੇ ਨੂੰ ਕਰਨਾ ਪੈਂਦਾ ਹੈ ਐਵੇਂ ਮੰਨਦਾ ਤੁਹਾਡੀ ਗੱਲ ਮੈਂ ਲੇਕਿਨ ਇੱਕ ਅਹਿਮ ਸਵਾਲ ਇਹ ਹੈ ਕਿ 10ਵੀਂ ਤੋਂ ਬਾਅਦ ਬੱਚਾ ਤੋਰ ਕੋਲ ਅਗਰ ਆਉਂਦਾ ਹੈ ਤੇ ਤੁਸੀਂ ਉਹਨੂੰ ਕਿਵੇਂ ਮਹਿਸੂਸ ਕਰਦੇ ਹੋ ਕਿ ਬੱਚਾ ਤੇਰੇ ਵਾਸਤੇ ਆ ਚੀਜ਼ ਸਹੀ ਹੈ ਆ ਚੀਜ਼ ਸਹੀ ਹੈ ਉਹਨੂੰ ਤੁਸੀਂ ਕਿਵੇਂ ਕਾਉਂਸਲ ਕਰਦੇ ਹੋ ਜਾਂ ਦੇਖੋ ਕੀ ਫਾਰਮੂਲਾ ਹੈ ਕਿ ਬੱਚੇ ਨੂੰ ਸਿੱਧਾ ਰਾ ਪਾਇਆ ਜਾ ਸਕੇ ਸਰ ਨਾਰਮਲੀ ਜ਼ਿਆਦਾਤਰ ਕਾਲਜ ਦੇ ਤੇ ਵਿੱਚ ਕੀ ਹੁੰਦਾ ਹੈ ਬੱਚੇ ਨੂੰ ਸਿੱਧਾ ਅਸੀਂ ਡਿਗਰੀ ਦੇ ਕੇ ਤੋਰ ਦਿੰਦੇ ਆ ਜੀ ਬਟ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਜੀ ਕਿਉਂਕਿ ਮੇਨ ਕੰਮ ਸਾਡਾ ਇਹ ਹੈ ਵੀ ਅਸੀਂ ਐਜੂਕੇਸ਼ਨ ਦੇ ਵਿੱਚ ਮਤਲਬ ਕੱਲਾ ਡਿਗਰੀ ਨਹੀਂ ਦੇਣੀ ਨੌਲੇਜ ਵੀ ਦੇਣੀ ਹੈ ਉਹਨੂੰ ਪ੍ਰੈਕਟੀਕਲੀ ਫੀਲਡ ਦੇ ਵਿੱਚ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਜੀ ਹੈ ਨਾ ਜੀ ਤੇ ਨਾਰਮਲੀ ਜਿਹੜਾ ਬੱਚਾ ਉਹਨੂੰ ਸਾਨੂੰ ਅਸੀਂ ਉਹਨੂੰ ਸਿਖਾਣਾ ਹੈ ਵੀ ਡ्रेसਿੰਗ ਡ्रेसਿੰਗ ਸੈਂਸ ਕੀ ਹੈ ਕਿਦਾਂ ਡ्रेसਿੰਗ ਕਰਕੇ ਜਾਣੇ ਇੰਟਰਵਿਊ ਸਕਿਲਸ ਕੀ ਨੇ ਤੁਹਾਡੇ ਤੁਹਾਡੇ ਐਪਟੀਟਿਊਡ ਸਕਿਲਸ ਕੀ ਨੇ ਸੌਫਟ ਸਕਿਲਸ ਕੀ ਨੇ ਤਾਂ ਕਿ ਬੱਚਾ ਓਵਰਆਲ ਗਰੋਥ ਬਹੁਤ ਜ਼ਰੂਰੀ ਹੈ ਬੱਚੇ ਦੀ ਨਾਰਮਲੀ ਕਾਲਜਿਸ ਦੇ ਵਿੱਚ ਆਂਦਾ ਬੱਚਾ ਚੱਲ ਵੀ ਠੀਕ ਹੈ ਪੇਪਰ ਦੇ ਡਿਗਰੀ ਡਿਪਲੋਮੇ ਲੈ ਕੇ ਚਲੇ ਜਾਂਦਾ ਬਟ ਇਹ ਚੀਜ਼ਾਂ ਦੇ ਜਿਹੜਾ ਬੱਚਾ ਐਡਮਿਸ਼ਨ ਲਈ ਆਂਦਾ ਹੈ ਤੁਸੀਂ ਉਹਨੂੰ ਕਿਵੇਂ ਉਹਨੂੰ ਮਹਿਸੂਸ ਕਰਦੇ ਹੋ ਜਾਂ ਉਹਨੂੰ ਕਿਵੇਂ ਤੁਸੀਂ ਉਹਨੂੰ ਦੱਸ ਦਿਓ ਕਿ ਭਾਈ ਤੂੰ ਇੰਨੇ ਸਾਰੇ ਕੋਰਸਿਸ ਹੈਗੇ ਨੇ ਤੇ ਤੂੰ ਉਹਨੂੰ ਕਿਵੇਂ ਲੱਭ ਦਿਓ ਕਿ ਇਹ ਬੰਦਾ ਇਹ ਦੇ ਕਪੇ ਕਾਬੇਬਲ ਹੈ ਉਹਨੂੰ ਤੁਸੀਂ ਕਿਵੇਂ ਉਧਰ ਪਾਉਂਦੇ ਹੋ ਮੇਰਾ ਸਵਾਲ ਸਤ ਹੁੰਦਾ ਜੇ ਉਹਦਾ ਉਹਦੇ ਲਈ ਬੱਚੇ ਨਾਲ ਇੰਟਰੈਕਸ਼ਨ ਕਰਨੀ ਬਹੁਤ ਜ਼ਰੂਰੀ ਹੈ ਵੀ ਬੱਚੇ ਦਾ ਇੰਟਰਸਟ ਕੀ ਹੈ ਹੁਣ ਕਈ ਬੱਚਿਆਂ ਦਾ ਅੱਜ ਕੱਲ ਮੋਬਾਈਲ ਦੇ ਵਿੱਚ ਇੰਟਰਸਟ ਹੈ ਅਸੀਂ ਉਹਨੂੰ ਤੁਸੀਂ ਸਿਵਲ ਇੰਜੀਨੀਅਰਿੰਗ ਦੇ ਵਿੱਚ ਤੁਸੀਂ ਐਡਮਿਸ਼ਨ ਕਰਾ ਦੋਗੇ ਤਾਂ ਉਹ ਬੱਚਾ ਸਾਰੀ ਉਮਰ ਦੁਖੀ ਰਹੇਗਾ ਕਿਸੇ ਦਾ ਬਿਲਡਿੰਗਸ ਦੇ ਵਿੱਚ ਇੰਟਰਸਟ ਹੈ ਕਿਸੇ ਦਾ ਤੁਹਾਡਾ ਆਟੋਮੋਬਾਈਲ ਦੇ ਵਿੱਚ ਇੰਟਰਸਟ ਉਹ ਬੱਚੇ ਦਾ ਇੰਟਰਸਟ ਬੜਾ ਜ਼ਰੂਰੀ ਹੈ ਵੀ ਤੁਸੀਂ ਇੰਟਰਸਟ ਰੱਖਦੇ ਹੋ ਉਹਦੇ ਅਕੋਰਡਿੰਗਲੀ ਹੀ ਅਸੀਂ ਇਹ ਇਹ ਹੀ ਸਰ ਮੈਂ ਮੇਰਾ ਮਕਸਦ ਇਹੀ ਸੀ ਕਿ 10ਵੀਂ ਤੋਂ ਬਾਅਦ ਇਹੀ ਕਾਉਂਸਲਿੰਗ ਹੈ ਜੀ ਇਹ ਕਾਉਂਸਲਿੰਗ ਸਾਡੇ ਇਹੀ ਚੀਜ਼ਾਂ 10ਵੀਂ ਦੇ ਵਿੱਚ ਹੋ ਜਾਣ ਤਾਂ ਲਾਈਫ ਬੱਚੇ ਦੀ ਸਮੂਥ ਰਹੇ এনवायरमेंट ਸਾਡਾ ਵਧੀਆ ਰਹੇ ਜਿਹੜਾ ਆਉਣ ਵਾਲਾ ਫਿਊਚਰ ਦੇ ਵਿੱਚ ਬੱਚਾ ਜਲਦੀ ਤੇ ਵਧੀਆ ਕਾਮਯਾਬ ਹੋ ਜਾਏ ਮੇਨ ਮਕਸਦ ਇਹੀ ਹੈ ਉੱਥੇ ਕਾਉਂਸਲਿੰਗ ਦੀ ਬੜੀ ਜ਼ਰੂਰਤ ਹੈ ਜੀ ਜੀ ਇਹ ਕਾਉਂਸਲਿੰਗ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਵਰ ਅਪ ਹੋ ਜਾਂਦੀਆਂ ਨੇ ਜੀ 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 ਅੱਛਾ ਮੈਂ ਇਹ ਵੀ ਦੇਖਿਆ ਕਿ ਜਦੋਂ ਬੱਚਾ ਐਡਮਿਸ਼ਨ ਲੈਣ ਜਾਂਦਾ ਹੈ ਕਿਤੇ ਟੈਕਨੀਕਲ ਕਾਲਜ ਦੇ ਵਿੱਚ ਕਿਸੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਤੇ ਉਹਦਾ ਪ੍ਰੋਪਰ ਉਹਨੂੰ ਪਹਿਲਾਂ ਐਗਜ਼ਾਮ ਲਿਆ ਜਾਂਦਾ ਹੈ ਐਗਜ਼ਾਮ ਤੋਂ ਬਾਅਦ ਜਿਹੜਾ ਉਹਦੇ ਜਿਸ ਜਿਸ ਉਹ ਇਸ ਕਿਸਮ ਦਾ ਬਣਾਇਆ ਜਾਂਦਾ ਹੈ ਕਿ ਜਦੋਂ ਉਹਦੇ ਨੰਬਰ ਆਉਂਦੇ ਨੇ ਤੇ ਬੱਚੇ ਨੂੰ ਉਹ ਜਿਹੜਾ ਟੀਚਰ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੱਚਾ ਇਸ ਪਾਸੇ ਇੰਟਰਸਟਿਡ ਹੈ ਤੇ ਇਹਨੂੰ ਇਸ ਪਾਸੇ ਦੇਣਾ ਚਾਹੀਦਾ ਔਰ ਉਹ ਜਿਹੜੇ ਪ੍ਰਿੰਸੀਪਲ ਨੇ ਜਾਂ ਕਾਉਂਸਲਰ ਨੇ ਆ ਐਡਮਿਸ਼ਨ ਹੈਡ ਹੈਗੇ ਨੇ ਉਹ ਬੱਚੇ ਨੂੰ ਉਹ ਸਲਾਹ ਦਿੰਦੇ ਨੇ ਜੋ ਕਿ ਬਾਅਦ ਦੇ ਵਿੱਚ ਉਹਦੇ ਬੱਚੇ ਦੇ ਫਾਇਦੇ 'ਚ ਵੀ ਹੁੰਦੀ ਹੈ ਇਹ ਚੀਜ਼ ਤਾਂ ਇੰਜੀਨੀਅਰਿੰਗ ਕਾਲਜ ਦਾ ਕੀ ਰੋਲ ਹੈ ਕਿ ਜਦੋਂ ਬੱਚਾ ਇੰਜੀਨੀਅਰਿੰਗ ਕਰ ਚੁੱਕਿਆ ਹੁੰਦਾ ਹੈ ਜਾਂ ਕਹਿ ਲਓ ਕਿ ਉਹ 6 6 ਮਹੀਨੇ ਰਹਿ ਗਏ ਹੁੰਦੇ ਨੇ ਕਿ ਕਾਲਜਸ ਕੋਈ ਐਸੇ ਕੋਈ ਪਲੇਸਮੈਂਟ ਡਰਾਈਵ ਵੀ ਕਰਾਉਂਦੇ ਨੇ ਜਾਂ ਬੱਚੇ ਨੂੰ ਕੋਈ ਐਸੀ ਕਿੱਥੇ ਉਹਨੇ ਕਿਹੜਾ ਬਿਜ਼ਨਸ ਕਰਨਾ ਹੈ ਜਾਂ ਉਹਨੂੰ ਗਾਈਡੈਂਸ ਦੇਣੀ ਹੈ ਵੀ ਕਾਕਾ ਤੂੰ ਬਾਹਰ ਜਾ ਸਕਦਾ ਹੈ ਜਾਂ ਤੇਰਾ ਕੋਈ ਮਤਲਬ ਉਹਨੂੰ ਕਿਵੇਂ ਉਹ ਬੱਚੇ ਨੂੰ ਪਤਾ ਲੱਗੇ ਕਿ ਨਹੀਂ ਭਾਈ ਮੈਂ ਕਰ ਚੁੱਕਿਆ ਤੇ ਮੈਂ ਹੁਣ ਟੈਕਨੀਕਲ ਐਜੂਕੇਸ਼ਨ ਲਈ ਸੀਗੀ ਤੇ ਮੈਨੂੰ ਫਾਇਦਾ ਕੀ ਹੋਇਆ ਇਸ ਚੀਜ਼ ਦਾ ਮੈਨੂੰ ਕਾਲਜ ਨੇ ਕੀ ਬੈਨੀਫਿਟ ਦਿੱਤਾ ਤੁਸੀਂ ਕਾਲਜ ਲੈਵਲ ਤੇ ਕੀ ਤੁਸੀਂ ਐਫਰਟਸ ਕਰਦੇ ਹੋ ਬੱਚੇ ਦੀ ਪਲੇਸਮੈਂਟ ਵਾਸਤੇ ਸਰ ਪਲੇਸਮੈਂਟਸ ਅਗਰ ਸਾਡਾ ਪਲੇਸਮੈਂਟ ਤਾਂ ਬਹੁਤ ਇੰਪੋਰਟੈਂਟ ਚੀਜ਼ ਹੈ ਜੀ ਪਲੇਸਮੈਂਟ ਤੋਂ ਪਹਿਲਾਂ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ ਉਹਦੀ ਕੈਪੇਬਿਲਿਟੀ ਜੀ ਕਿਉਂਕਿ ਉਹਨੇ ਐਡਮਿਸ਼ਨ ਲੈ ਲਈ ਡਿਗਰੀ ਚ ਜਾਂ ਡਿਪਲੋਮੇ ਚ 4 ਸਾਲ 3 ਸਾਲ ਬਾਅਦ ਉਹ ਸਿਰਫ ਡਿਪਲੋਮਾ ਜਾਂ ਡਿਗਰੀ ਲੈ ਕੇ ਨਿਕਲਦਾ ਹੈ ਪਰ ਸਾਡਾ ਸਭ ਤੋਂ ਵੱਡਾ ਏਮ ਹੈ ਉਹਨੂੰ 3 ਸਾਲ ਜਾਂ 4 ਸਾਲ ਦੇ ਵਿੱਚ ਗਰੂਮਿੰਗ ਕੀਤੀ ਜਾਵੇ ਹਰ ਪੱਖੋਂ ਦੀ ਗਰੂਮਿੰਗ ਕੀਤੀ ਜਾਵੇ ਤਾਂ ਕਿ ਉਹਨੂੰ ਜਦੋਂ ਡਿਗਰੀ ਜਾਂ ਡਿਪਲੋਮਾ ਲੈ ਕੇ ਜਾਵੇ ਉਹਨੂੰ ਕੋਈ ਪਲੇਸਮੈਂਟ ਦੀ ਪ੍ਰ ਪਲੇਸਮੈਂਟ ਜਦ ਤੁਸੀਂ ਜੇ ਇੰਡਸਟਰੀਜ਼ अवेलेबल ਹੈਗੀਆਂ ਨਹੀਂ ਅਗਰ ਤੁਸੀਂ ਸਰਵੇ ਦੇਖੇ ਦੇਖਿਆ ਜਾਵੇ ਤਾਂ ਉਹਦੇ ਵਿੱਚ ਇੰਡਸਟਰੀਜ਼ ਬਹੁਤ अवेलेबल ਹੈਗੀਆਂ ਨੇ ਜੌਬਸ ਬਹੁਤ अवेलेबल ਹੈਗੀਆਂ ਨੇ ਬਟ ਜੌਬ ਮਿਲਦੇ ਕਿਉਂ ਨਹੀਂ ਸਭ ਤੋਂ ਵੱਡਾ ਰੀਜ਼ਨ ਹੈ ਕਿਉਂ ਨਹੀਂ ਮਿਲਦੇ ਜੀ ਜੀ ਕਿਉਂਕਿ ਜੌਬ ਬੱਚਾ ਜਿਹੜਾ ਬੱਚੇ ਦੀ ਐਕਸਪੈਕਟੇਸ਼ਨਸ ਬਹੁਤ ਨੇ ਬੱਚਾ ਜਾਂਦਾ ਮਿੰਤਾ ਜੀ ਸਿੱਧਾ ਹੀ 50000 ਰੁਪਏ ਦਿੱਤਾ ਜਾਵੇ ਉਹ ਛੋਟੀ ਜੌਬ ਕਰਨੇ ਨਹੀਂ ਜਾਂਦਾ ਜੀ ਜੀ ਠੀਕ ਹੈ ਬੱਚੇ ਨੂੰ ਆਪਣੀ ਇੱਕ ਐਕਸਪੈਕਟੇਸ਼ਨਸ ਤੇ ਵੀ ਕੰਟਰੋਲ ਰੱਖਣਾ ਪਊਗਾ ਵੀ ਮੈਂ ਇੱਕ ਛੋਟੀ ਇੱਕ 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 ਜੌਬ ਸਟਾਰਟ ਕਰਾਂ ਐਕਸਪੀਰੀਅੰਸ ਲਵਾਂ ਟ੍ਰੇਨਿੰਗ ਜੋ ਕਾਲਜ ਦੇ ਵਿੱਚ ਟ੍ਰੇਨਿੰਗਸ ਪ੍ਰੋਵਾਈਡ ਕਰੀਆਂ ਜਾਂਦੀਆਂ ਨੇ ਜੋ ਐਪਟੀਟਿਊਡ ਤੇ ਕਲਾਸਾਂ ਲਾਈ ਜਾਂਦੇ ਨੇ ਹੋਰ ਚੀਜ਼ਾਂ ਨੇ ਉਹਨਾਂ ਦੇ ਵਰਕਆਊਟ ਕਰਕੇ ਆਪਣੇ ਉਹਨਾਂ ਨੂੰ ਇੰਨਾ ਕੁ ਗਰੂਮ ਕਰਨਾ ਮੈਂ 2 ਸਾਲ ਸਾਲ 2 ਸਾਲ ਬਾਅਦ ਮੈਨੂੰ ਕੋਈ ਪੈਸੇ ਦੀ ਕਮੀ ਨਾ ਰਵੇ ਜੀ ਜੀ ਇਹ ਬਹੁਤ ਵੱਡਾ ਹੈ ਉਹਨਾਂ ਦੀ ਇਹ ਸੋਚਦੇ ਨੇ ਵੀ ਰਾਤੋ ਰਾਤ ਅਸੀਂ ਅਮੀਰ ਹੋ ਜਾਈਏ ਜੀ ਜੀ ਸਾਡੇ ਵੱਡੇ ਵੱਡੇ ਉਹਨਾਂ ਦੇ ਸੁਪਨੇ ਨੇ ਬਹੁਤ ਵੱਡੇ ਵੱਡੇ ਨੇ ਐਫਰਟਸ ਕਰਨ ਨਹੀਂ ਚਾਹਦੇ ਜੀ ਉਕੇ ਦੇਖੋ ਇੱਕ ਲਾਈਨ ਐ ਇਦਾਂ ਦੀ ਹੈ ਨਾ ਥੋੜੀ ਜਿਹੀ ਦੇਰ 6 ਮਹੀਨੇ ਸਾਲ ਜਿਹੜਾ ਐਫਰਟ ਬੰਦਾ ਕਰ ਲੈਂਦਾ ਨਾ ਉਹਦੇ ਲਈ ਕੋਈ ਪ੍ਰੋਬਲਮ ਨਹੀਂ ਹੈ ਅੱਜ ਕੱਲ ਅੱਜ ਦਾ ਸਾਈਬਰ ਕ੍ਰਾਈਮ ਦਾ ਟਾਈਮ ਹੈ ਸਾਈਬਰ ਕ੍ਰਾਈਮ ਕਿੰਨੇ ਹੁੰਦੇ ਨੇ ਕੋਈ ਮਰਡਰ ਹੋ ਗਿਆ ਕੋਈ ਬੈਂਕ ਲੁੱਟ ਲੈ ਕੁਝ ਹੋਰ ਨੇ ਉਹ ਲੋਕੀ ਮੋਬਾਈਲਸ ਤੇ ਹੀ ਅੱਜ ਕਾ ਸਰਚ ਕਰ ਲੈਂਦੇ ਨੇ ਤੁਸੀਂ ਦੇਖਿਆ ਹੋਣਾ ਡਿਵਾਈਸੇ ਹੋਰ ਉਹ ਕਿਉਂ ਨੇ ਸਾਈਬਰ ਕ੍ਰਾਈਮ ਦਾ ਅੱਜ ਉਹ ਬੱਚੇ ਅਗਰ ਸਿੱਖਣ ਉਹਨਾਂ ਚ ਕਿਹੜੇ ਐਕਸਪਰਟ ਬੰਦੇ ਅਵੇਲੇਬਲ ਨੇ ਕੋਈ ਐਕਸਪਰਟ ਨਹੀਂ ਹੈ ਕਿ ਜੀ ਜੀ ਸਿਕਿਉਰਟਿਸ ਤੇ ਨੇ ਇਹ ਬੱਚੇ ਹੈਗਾ ਥੋੜਾ ਜਿਹਾ ਸਿੱਖੇ ਸਾਲ ਦੋਸਾ ਇੰਟਰਸਟ ਨਹੀਂ ਦਿਖਾਉਂਦੇ ਉਸ ਚੀਜ਼ ਲਈ ਜਿਹੜਾ ਆਪਣਾ ਡਿਪਲੋਮਾ ਤੋਂ ਏਸੀਟੀ ਕਰਨ ਤੋਂ ਬਾਅਦ ਜਦੋਂ ਬੱਚਾ ਬੀਟੈਕ ਐਡਮਿਸ਼ਨ ਲੈਂਦਾ ਹੈ ਤੇ ਉਹਦੀਆਂ ਕੀ ਕੀ ਮਤਲਬ ਉਹਦੀਆਂ ਕੁਆਲਿਫੀਕੇਸ਼ਨਸ ਕੀ ਕੁਝ ਹੋਣੀ ਚਾਹੀਦੀਆਂ ਨੇ ਤੇ ਉਹਨੂੰ ਜਿਹੜਾ ਬੀਟੈਕ ਕਰਾਉਣਾ ਹੈ ਉਹ ਕੌਣ ਕਰਾਉਂਦਾ ਹੈ ਮਤਲਬ ਉਹਦੇ ਵਾਸਤੇ ਵੀ ਕੋਈ ਬੋਰਡ ਹੁੰਦਾ ਹੈ ਹਾਂਜੀ ਸਰ ਯੂਨੀਵਰਸਿਟੀਆਂ ਹੈਗੀਆਂ ਨੇ ਬੀਟੈਕ ਦਾ ਇਹ ਵਿੱਚ ਤਾਂ ਜਿੱਦਾਂ ਪੰਜਾਬ ਦੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈਗੀ ਹੈ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਹੈਗੀ ਹੈ ਜੀ ਜੀ ਐਦਾਂ ਥਾਪਰ ਹੈ ਜਬ ਯੂਨੀਵਰਸਿਟੀ ਜੀਐਨਡੀਯੂ ਸਾਰੀਆਂ ਯੂਨੀਵਰਸਿਟੀ ਜਿਹੜੀਆਂ ਹੈਗੀਆਂ ਨੇ ਇਹ ਜਿਹੜੀਆਂ ਬੀਟੈਕ ਦੇ ਕੋਰਸਿਸ ਕਰਾਉਂਦੀਆਂ ਨੇ ਤੇ ਇਹ ਜਿਹੜੀ ਕੋਰਸਿਸ ਜਿਹੜੇ ਇਨਟੇਕ ਦੀ ਤੁਸੀਂ ਗੱਲ ਕੀਤੀ ਸੀ ਕਿ ਕੈਪੈਸਿਟੀ ਦੀ ਆਪਾਂ ਗੱਲ ਕਰਦੇ ਆਂ ਵੀ ਉੱਥੇ ਵੀ ਫਲਾ ਕਾਲਜ ਹੈ ਉਹਦੇ ਵਿੱਚ ਇੰਨੀ ਕੈਪੈਸਿਟੀ ਹੈ ਜਾਂ ਫਲਾ ਕਾਲਜ ਨੇ ਕੈਪੈਸਿਟੀ ਹੈ ਉਹ ਜਿਹੜੀ ਕੈਪੈਸਿਟੀ ਹੁੰਦੀ ਹੈ ਕਿ ਉਹ ਗਵਰਨਮੈਂਟ ਉਹਦੇ ਆਸ-ਪਾਸ ਦੀ ਇੰਡਸਟਰੀ ਨੂੰ ਦੇਖਦੇ ਹੋਏ ਬੱਚਿਆਂ ਦੀ ਕੈਪੈਸਿਟੀ ਕਰਦੀ ਏ ਕਿ ਇਹ ਇੱਕ ਇਹਦਾ ਕੋਈ ਵੱਖਰਾ ਹੀ ਰੂਪ ਹੈ ਕਿ ਜਿਨੂੰ ਮਰਜ਼ੀ ਚੱਕ ਕੇ ਦੇ ਦਿੱਤਾ ਜਿਹਦੇ ਬਾਅਦ ਵਿੱਚ ਬੱਚੇ ਪਾਸ ਹੋ ਗਏ ਨਿਕਲ ਗਏ ਔਰ ਉਹਨਾਂ ਨੂੰ ਬੱਚਿਆਂ ਦੇ ਮਨ 'ਚ ਇਹ ਵਿਚਾਰ ਹੈ ਕਿ ਮੈਂ ਕੋਈ ਅੱਗੇ ਜਾ ਕੇ ਕੰਮ ਕਰਨਾ ਹੈ ਮੈਂ ਪੜ੍ਹ ਕੇ ਆਇਆ ਤੇ ਸ਼ਾਇਦ ਵੀ ਸਰਕਾਰ ਨੇ ਕੋਈ ਐਸੀ ਪਾਲਿਸੀ ਹੋਵੇਗੀ ਇਹਦੇ ਹਿਸਾਬ ਨਾਲ ਹੀ ਕਾਲਜਿਸ ਦੇ ਵਿੱਚ ਇਨਟੇਕ ਕਰਾਉਂਦੇ ਹੋਣ ਐਦਾ ਇਹਦੇ ਵਿੱਚ ਕੋਈ ਤੁਹਾਨੂੰ ਕੀ ਲੱਗਦਾ ਹੈ ਨਹੀਂ ਸਰ ਇਸ ਦਾ ਗਵਰਨਮੈਂਟ ਪੋਲਿਸੀਸ ਤੇ ਤਾਂ ਫਰਕ ਪੈਂਦਾ ਇੰਡਸਟਰੀ ਤੇ ਤਾਂ ਇਫੈਕਟ ਹੁੰਦਾ ਹੀ ਹੈ ਹੁਣ ਆਈਟੀ ਇੰਡਸਟਰੀ ਸੀ ਐਸੀ ਇੰਡਸਟਰੀ ਜਿਹੜਾ 10 ਸਾਲ ਪਹਿਲਾਂ ਜਾਂ ਤੁਸੀਂ ਮੰਨ ਲਓ 20 ਸਾਲ ਪਹਿਲਾਂ ਨਹੀਂ ਸੀਗੀਆਂ ਲੋਕੀ ਵੀ ਉਸ ਤਰੀਕੇ ਨਾਲ ਹੀ ਪ੍ਰੀਫਰੈਂਸ ਦਿੰਦੇ ਸੀ ਮਕੈਨਿਕਲ ਦੀ ਸੀ ਮਕੈਨਿਕਲ ਦੀ ਡਿਮਾਂਡ ਵਧਦੀ ਸੀ ਸਿਵਲ ਦੀ ਡਿਮਾਂਡ ਵਧਦੀ ਲੋਕ ਸਿਵਲ ਵੱਲ ਚੱਲ ਪਏ ਇਹ ਇਫੈਕਟ ਤਾਂ ਕਰਦਾ ਇਨਟੇਕ ਇਨਟੇਕ ਦਾ ਫਿਕਸ ਨਹੀਂ ਬਟ ਬੱਚਿਆਂ ਦੇ ਇੰਟਰਸਟ ਦੇ ਅਕੋਰਡਿੰਗ ਜਿਹੜੀ ਸੀਟ ਭਰਨੀ ਹੈ ਉਹ ਬੱਚਾ ਆਪਣੇ ਇੰਟਰਸਟ ਦੇ ਅਕੋਰਡਿੰਗ ਲੈਂਦਾ ਹੈ ਜੀ 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 ਇੰਟੇਕ ਤਾਂ ਹੁਣ ਫਿਕਸ ਨੇ ਵੀ ਜਿਹੜੇ 60 ਨੇ 60 ਨੇ ਪਹਿਲੇ ਵੀ ਜਦੋਂ 5 ਸਾਲ ਪਹਿਲੇ ਵੀ 60 ਸੀਗੀਆਂ ਹੁਣ ਵੀ 60 ਨੇ ਪਰ ਜਿਹੜੀ ਐਡਮਿਸ਼ਨ ਜੋ ਚੈਨ ਐਡਮਿਸ਼ਨ ਲੈਣੀ ਹੈ ਉਹਨੇ ਆਪਣੇ ਸਾਰਾ ਕੁਝ ਲੋਕਲ ਪੂਰਾ ਸਰਵੇ ਕਰਕੇ ਫਿਰ ਉਹ ਪ੍ਰੇਫਰ ਕਰਦਾ ਵੀ ਹਾਂਜੀ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਲਈ ਕੀ ਫਾਇਦੇਮੰਦ ਹੈ ਜੀ ਜੀ ਦਰਸ਼ਕੋ ਇੱਕ ਗੱਲ ਇੱਥੇ ਬੜੀ ਖਾਸ ਇਹ ਮੈਂ ਮਹਿਸੂਸ ਕੀਤੀ ਹੈ ਕਿ ਇਨਫਰਾਸਟ੍ਰਕਚਰ ਦੀ ਘਾਟ ਜਿਹੜੀ ਹੈ ਉਹ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਰਾਜਨੀਤੀ ਵੱਲੋਂ ਹਮੇਸ਼ਾ ਤੋਂ ਰਹੀ ਹੈ बच्चा पढ़ के निकलਦਾ ਏ ਉਹਦਾ ਨੰਬਰ ਕੀ ਨੇ ਉਹ ਬੱਚੇ ਦੀ ਕੀ ਡਿਮਾਂਡ ਹੈ ਉਹ ਚੀਜ਼ਾਂ ਫੁੱਲਫਿਲ ਨਾ ਹੋ ਸਕਣ ਕਾਰਨ ਬੱਚਾ ਫਿਰ ਬਾਹਰ ਚਲਾ ਜਾਂਦਾ ਹੈ ਜਾਂ ਕੁਝ ਆਪਣੇ ਆਪ ਨੂੰ ਇਸ ਪਾਸੇ ਲਾਉਣ ਦੀ ਕੋਸ਼ਿਸ਼ ਕਰਦਾ ਹੈ ਕੋਈ ਵੱਡੇ ਲੋਨ ਫੜ ਕੇ ਕੋਈ ਕੰਮ ਕਰਦਾ ਹੈ ਇੱਥੇ ਵੱਡੀ ਮਾਰਕੀਟ ਨਾ ਹੋਣ ਕਰਕੇ ਬੱਚੇ ਦਾ ਕੰਮ ਇਹ ਚੱਲਦਾ ਤੋਂ ਇਹ ਕੁਝ ਐਸੀਆਂ ਵਿਕਟ ਸਥਿਤੀਆਂ ਬਣ ਜਾਂਦੀਆਂ ਨੇ ਜਿਦੇ ਕਰਕੇ ਜਿਹੜਾ ਦੇਸ਼ ਹੈ ਸਮਾਜ ਹੈ ਉਹ ਕਿਤੇ ਨਾ ਕਿਤੇ ਆ ਕੇ ਬ੍ਰੇਕ ਮਾਰ ਜਾਂਦਾ ਹੈ ਅੱਛਾ ਡਾਕਟਰ ਸਾਹਿਬ ਇੱਕ ਗੱਲ ਦੱਸੋ ਕਿ ਇਹਦੀ ਜਿਹੜੀ ਕੁਆਲਿਟੀ ਹੈ ਟੈਕਨੀਕਲ ਐਜੂਕੇਸ਼ਨ ਦੀ ਜਿਹਨੂੰ ਆਪਾਂ ਇੰਪਰੂਵ ਕਰਨਾ ਹੋਵੇ ਹੋਰ ਜ਼ਿਆਦਾ ਵਧੀਆ ਤੇ ਤੁਹਾਡੇ ਕੀ ਸੁਝਾਅ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲੇ ਤਾਂ ਮੈਂ ਥੋੜੇ ਪੋਜ਼ਿਟਿਵ ਪੁਆਇੰਟਸ ਤੇ ਥੋੜਾ ਚਾਨਣਾ ਪਾਣਾ ਟੈਕਨੀਕਲ ਐਜੂਕੇਸ਼ਨ ਦੀ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਜਿਹੜਾ ਦੇਖੋ ਬੱਚਾ 10ਵੀਂ ਤੋਂ ਬਾਅਦ ਡਿਪਲੋਮਾ ਕਰਦਾ ਹੈ ਜਾਂ ਡਿਪਲੋਮੇ ਤੋਂ ਬਾਅਦ ਬੀਟੈਕ ਕਰਦਾ ਜਾਂ ਪਲੱਸ 2 ਤੋਂ ਬਾਅਦ ਬੀਟੈਕ ਕਰਦਾ ਇਹ ਸਾਰਾ ਕੁਝ ਕੈਰੀ ਔਨ ਸਿਸਟਮ ਹੁੰਦਾ ਹੈ ਜੇ ਇਹਦੇ ਚ ਇੱਕ ਪੇਪਰ ਰਹਿ ਜੇ ਤਾਂ ਸੈਕੰਡ ਸੈਮ ਦੇ ਰੋ ਜੇ ਸੈਕੰਡ ਜਿਹੜਾ ਥਰਡ ਦੇ ਰੋ ਇਹਦੇ ਚ ਕੋਈ ਬ੍ਰੇਕ ਨਹੀਂ ਹੁੰਦੀ ओके बट प्लस 1 प्लस 2 ਦੇ ਵਿੱਚ ਇਦਾਂ ਹੁੰਦਾ ਜੇ ਤੁਹਾਡੇ ਦੋ ਤਿੰਨ ਪੇਪਰ ਰਹਿ ਗਏ ਜਾਂ ਦੋ ਪੇਪਰ ਰਹਿ ਗਏ ਉਹ ਫੇਲ ਹੋ ਗਈ ਜਾਂ ਤੁਹਾਡਾ ਫੇਲ ਹੋ ਗਏ ਇਹਦੇ ਵਿੱਚ ਫੇਲ ਵਾਲਾ ਸਿਸਟਮ ਕੋਈ ਨਹੀਂ ਹੁੰਦਾ ਦੂਜਾ ਸਭ ਤੋਂ ਇਹ ਕਿ ਬੱਚਾ ਅਗਰ ਉਹਦੇ ਫਰਸਟ ਸੈਮਿਸਟਰ ਦੇ ਵਿੱਚ ਕੋਈ ਨੰਬਰ ਘੱਟ ਵੀ ਆ ਗਏ ਨੇ ਤੇ ਉਹ ਪੂਰਾ ਕਰਨ ਤੋਂ ਬਾਅਦ ਉਹ ਐਗਜ਼ਾਮ ਦੁਬਾਰਾ ਦੇ ਸਕਦਾ ਹੈ ਤੇ ਉਹਨੂੰ ਨਵੇਂ ਸਿਰੋਂ ਸਟਾਰਟ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਫੀਸ ਦਾ ਵੀ ਫੀਸ ਦਾ ਵੀ ਫਾਇਦਾ ਹੈ ਤੇ ਉਹਦੇ ਉਹਦੇ ਜਿਹੜਾ ਸਾਲ ਉਹ ਵੀ ਬਰਬਾਦ ਨਹੀਂ ਹੋਊਗਾ ਜੀ ਉਹਨੂੰ ਟਾਈਮ ਦਾ ਸੋਚਣ ਦਾ ਮਿਲਦਾ ਦੂਸਰਾ ਸਭ ਤੋਂ ਵੱਡਾ ਪੁਆਇੰਟ ਇਹ ਵੀ ਜਿਹੜਾ ਡਿਪਲੋਮਾ ਹੈਗਾ ਸੁਪੋਜ਼ ਅਸੀਂ ਡਿ ਡਿਪਲੋਮੇ ਦੇ ਇਕੁਇਵਲੈਂਟ ਜੋ ਹੈ ਉਹ ਪਲੱਸ 2 ਦਾ ਤੁਹਾਡਾ ਟੈਕਨੀਕਲ ਜੋ ਪੰਜਾਬ ਸਕੂਲ ਐਜੂਕੇਸ਼ਨ ਮਹੱਲੀ ਹੈ ਇਹ ਸਰਟੀਫਿਕੇਟ ਇਸ਼ੂ ਕਰਦਾ ਜਿਹਦੇ ਤੋਂ ਬਾਅਦ ਤੁਸੀਂ ਡਿਪਲੋਮਾ ਕਰਨ ਤੋਂ ਬਾਅਦ ਤੁਸੀਂ ਬੀਐਸਸੀ ਵੀ ਕਰ ਸਕਦੇ ਹੋ ਬੀਕਾਮ ਵੀ ਕਰ ਸਕਦੇ ਹੋ ਬੀਏ ਵੀ ਕਰ ਸਕਦੇ ਹੋ ਮਤਲਬ ਕਈ ਬੱਚੇ ਹੁੰਦੇ ਨੇ ਡਿਪਲੋਮਾ ਵੀ ਕਰ ਲੈਂਦੇ ਫਿਰ ਪਲੱਸ 2 ਉਲਝਣ ਮਤਲਬ ਇੱਕ ਜੋ ਇੱਕ ਉਲਝਣ ਵਾਲੀ ਚੀਜ਼ ਹੈ ਨਾ ਸਿਚੁਏਸ਼ਨ ਹੈ ਨਾ ਉਸ ਤੋਂ ਬਾਹਰ ਆ ਕੇ ਉਹ ਬੱਚਿਆਂ ਨੂੰ ਅਵੇਅਰਨੈਸ ਨਹੀਂ ਹੈ ਉਹ ਜਿਹੜਾ ਡਿਪਲੋਮਾ ਹੈ ਉਹਨੂੰ ਇਕੁਇਵਲੈਂਸੀ ਸਰਟੀਫਿਕੇਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਿੰਦਾ ਹੈ ਤੀਸਰੀ ਗੱਲ ਇਹ ਹੈ ਜੀ ਇੰਜੀਨੀਅਰਿੰਗ ਡਿਗਰੀ ਦੀ ਤੇ ਡਿਪਲੋਮੇ ਦੀ 올 ਓਵਰ ਵਰਲਡ ਵੈਲਿਊ ਹੈ ਜਿਹੜਾ ਬੱਚੇ ਉਹ ਟੈਕਨੀਕਲ ਐਜੂਕੇਸ਼ਨ ਲੈ ਕੇ ਪਲੱਸ ਥੋੜਾ ਜਿਹਾ ਐਕਸਪੀਰੀਅੰਸ ਲੈ ਕੇ ਬਾਹਰ ਜਾਂਦੇ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਹੈ ਜੀ ਔਰ ਚੌਥਾ ਫਾਇਦਾ ਇਹ ਹੈ ਜੀ ਇੱਕ ਈਜ਼ੀ ਵੀ ਹੈ ਇਕਨੋਮਿਕਲ ਵੀ ਹੈ ਤੇ ਇਹਦੀ ਵੈਲਿਊ ਬਹੁਤ ਹੈ ਜੀ ਟੈਕਨੀਕਲ ਐਜੂਕੇਸ਼ਨ ਦੀ ਜਿਹੜਾ ਹੁਣ ਤੁਸੀਂ ਇੱਕ ਸਵਾਲ ਜਿਹੜਾ ਤੁਸੀਂ ਕਹਿ ਰਹੇ ਸੀਗੇ ਵੀ ਇਹਨੂੰ ਇੰਪਰੂਵ ਕਿਵੇਂ ਕੀਤਾ ਜਾਵੇ ਇੰਪਰੂਵ ਕਰਨ ਤੋਂ ਪਹਿਲੇ ਮੈਂ ਥੋੜਾ ਜਿਹਾ ਚਾਨਣਾ ਉਹਨਾਂ ਦੇ ਪੇਰੈਂਟਸ ਤੇ professions ਤੇ ਪਾਣਾ ਜੀ ਮਤਲਬ ਤੁਹਾਡਾ ਮਤਲਬ ਹੈ ਕਿ ਘਰੋਂ ਵੀ ਕੋਈ ਨਾ ਕੋਈ ਐਸੀ ਗਾਈਡੈਂਸ ਐਸੀ ਪੁਸ਼ ਹੋਣੀ ਚਾਹੀਦੀ ਹੈ ਕਿ ਬੱਚੇ ਨੂੰ ਆਪਣੇ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਜਾਏ ਕਿ ਕਿਸ ਕਿਸ ਵਿੱਚ ਕੀ ਮੈਨੂੰ ਬੈਨੀਫਿਟ ਮਿਲ ਸਕਦਾ ਹੈ ਪੇਰੈਂਟਸ ਦਾ ਇੱਕ ਰੋਲ ਬਹੁਤ ਵੱਡਾ ਹੈ ਜੀ ਅਸੀਂ ਇੱਕ ਸਰਵੇ ਕੀਤਾ ਸੀ ਜਿਸ ਦੇ ਵਿੱਚ 272 ਬੱਚਿਆਂ ਤੇ ਸਰਵੇ ਕੀਤਾ ਸੀ ਜਿਹਦੇ ਵਿੱਚ 26 27% ਬੱਚੇ ਜਿਹੜੇ ਨੇ ਜਿਨ੍ਹਾਂ ਦੇ ਬੈਕਗ੍ਰਾਉਂਡ ਪੇਰੈਂਟ ਜਿਹੜੇ ਨੇ ਉਹ ਖੇਤੀਬਾੜੀ ਸੀਗੇ ਔਰ 37% ਜਿਹੜੇ ਨੇ ਲੇਬਰ ਕਰਦੇ ਸੀਗੇ ਔਰ ਮੰਨੋਗੇ ਨਹੀਂ ਤੁਸੀਂ ਸਿਰਫ 6% ਪੇਰੈਂਟਸ ਇਦਾਂ ਦੇ ਸੀ ਜਿਹੜੇ ਗਵਰਨਮੈਂਟ ਜੌਬ ਦੇ ਵਿੱਚ ਸੀਗੇ ਔਰ ਬਿਜ਼ਨਸ ਦੇ ਵਿੱਚ ਸਿਰਫ 22% ਬਾਕੀ ਜਿਹੜੇ ਹੋਰ ਕਿਤੇ ਸੀਗੇ ਜਿਨ੍ਹਾਂ ਦੇ ਵਿੱਚ ਕੋਈ ਪ੍ਰਾਈਵੇਟ ਜੌਬ ਸੀ ਸੁਪਰਵਾਈਜ਼ਰ ਸੀ ਕੋਈ ਡਰਾਈਵਰ ਸੀ ਸ਼ਾਪਕੀਪਰ ਸੀ ਕੰਟਰੈਕਟਰ ਸੀ ਕੋਈ ਗੁਰਦੁਆਰੇ ਦੇ ਵਿੱਚ ਕੋਈ ਗਰੰਤੀ ਸਾਹਿਬ ਦਾ ਕੰਮ ਕਰਦੇ ਸੀ ਕੋਈ ਪ੍ਰਾਪਰਟੀ ਡੀਲਰ ਇਦਾਂ ਦੇ ਕਾਰੋਬਾਰ ਸੀਗੇ ਤੇ ਇਹਨਾਂ ਤੋਂ ਤੁਸੀਂ ਇੱਕ ਬੜੀ ਵੱਡੀ ਅਸੀਂ ਇਹਨਾਂ ਦੀ ਐਨਾਲਿਸਿਸ ਜਿਹੜੇ ਪੇਰੈਂਟਸ ਨੇ ਇਹ ਦਸਵੀਂ ਤੋਂ ਘੱਟ 76% ਪੇਰੈਂਟਸ ਐਦਾਂ ਦੇ ਸੀ ਜਿਨ੍ਹਾਂ ਨੇ 10ਵੀਂ ਤੋਂ ਘੱਟ ਪੜੇ ਲਿਖੇ ਸੀ ਜਿਹੜੇ 10 ਤੇ ਜਿਹੜੇ 10ਵੀਂ ਤੋਂ ਲੈ ਕੇ ਅੰਡਰਗ੍ਰੈਜੂਏਟ ਤੱਕ ਸੀਗੇ ਸਿਰਫ 18.75% ਪੇਰੈਂਟਸ ਨੇ ਜਿਹੜੇ ਕਿ 10ਵੀਂ ਤੋਂ ਲੈ ਕੇ ਅੰਡਰਗ੍ਰੈਜੂਏਟ ਨਹੀਂ ਅਗਰ ਯੂਜੀ ਤੇ ਪੋਸਟ ਗ੍ਰੈਜੂਏਟ ਦੀ ਗੱਲ ਕਰੀਏ ਤਾਂ 4.78% ਪੇਰੈਂਟਸ ਨੇ ਜਿਹੜੇ ਕਿ ਪੋਸਟ ਗ੍ਰੈਜੂਏਟ ਨੇ ਮਤਲਬ ਪੜੇ ਲਿਖੇ ਜਿਹੜੇ ਬੱਚੇ ਨੇ ਜਾਂ ਜਿਨ੍ਹਾਂ ਦੇ ਪੇਰੈਂਟਸ ਟੈਕਨੀਕਲ ਬੈਕਗ੍ਰਾਉਂਡ ਦੇ ਨਾਲ ਲਿੰਕਡ ਨੇ ਜਾਂ ਜਿਨ੍ਹਾਂ ਦੇ ਪੇਰੈਂਟਸ ਪੜੇ ਲਿਖੇ ਨੇ ਉਹਨਾਂ ਦੀ ਇਨਵੋਲਵਮੈਂਟ ਟੈਕਨੀਕਲ ਐਜੂਕੇਸ਼ਨ ਦੇ ਬਹੁਤ ਜ਼ਰੂਰੀ ਹੈ ਸੀਬੀਐਸਸੀ ਦਾ ਬੱਚਾ ਹੈ ਟੈਕਨੀਕਲ ਐਜੂਕੇਸ਼ਨ ਜਿਹੜੇ ਨੇ ਬਹੁਤ ਘੱਟ ਆ ਰਹੇ ਨੇ ਜਿਹੜੇ ਕਿ ਪੰਜਾਬ ਦੇ ਕਾਲਜਿਸ ਨੇ ਉਹਨਾਂ ਦੀ ਜਦ ਤੱਕ ਇਹ ਨਾਰਮਲ ਕਾਲਜਿਸ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੁੰਦੀ ਉਹ ਇੱਕ ਮਾਹੌਲ ਦਾ ਬੜਾ ਫਰਕ ਪੈਂਦਾ ਹੈ ਜਦੋਂ ਬੱਚੇ ਸੀਬੀਐਸਸੀ ਦੇ ਵੀ ਨਾਲ ਅੱਗੇ ਜੁੜਦੇ ਨੇ ਤੇ ਜਿਹੜੇ 10.29% ਪੇਰੈਂਟਸ ਇਦਾਂ ਦੇ ਨੇ ਜਿਨ੍ਹਾਂ ਦੇ ਸਿਰਫ ਟੈਕਨੀਕਲ ਬੈਕਗ੍ਰਾਉਂਡ ਹੈ ਇਹ ਬਹੁਤ ਜ਼ਰੂਰੀ ਹੈ ਔਰ ਇੱਕ ਤੁਹਾਨੂੰ ਬੜੀ ਇੱਕ ਹੋਰ ਇੱਕ ਬੜਾ ਫਿਗਰ ਹੈ ਸਿਰਫ 8.45 ਪਰਸੈਂਟ ਪੇਰੈਂਟਸ ਐਦਾਂ ਦੇ ਨੇ ਜਿਹੜੇ ਕਿ ਆਪਣੇ ਬੱਚਿਆਂ ਨੂੰ ਇੱਕ 9 ਤੋਂ 5 ਦੀ ਜੌਬ ਦੇ ਵਿੱਚ ਨੇ ਮਤਲਬ ਪਾਰਟਿਕੂਲਰ ਟਾਈਮ ਦੇ ਸਕਦੇ ਨੇ ਔਰ ਮੰਨੋ ਕਿ 91% ਬੰਦੇ 91.55% ਬੰਦੇ ਨੇ ਜਿਨ੍ਹਾਂ ਦਾ ਕੋਈ ਟਾਈਮ ਨਹੀਂ ਹੈ ਬੱਚਿਆਂ ਨੂੰ ਦੇਣ ਦੀ ਅਗਰ ਬੱਚਿਆਂ ਨੂੰ ਉਹ ਟਾਈਮ ਉਹਨਾਂ ਦਾ ਕੋਈ ਟਾਈਮ ਨਹੀਂ ਸਵੇਰੇ ਜਾਣ ਦਾ ਸ਼ਾਮ ਦਾ ਬੱਚਿਆਂ ਦਾ ਕੋਈ ਉਹਨਾਂ ਦਾ ਇੰਟਰੈਕਸ਼ਨ ਨੂੰ ਇਹ ਵੀ ਨਹੀਂ ਪਤਾ ਕਿ ਬੱਚੇ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਬਹੁਤ ਘੱਟ ਅਵੇਅਰਨੈਸ ਹੈਗੀ ਲੋਕਾਂ ਦੇ ਵਿੱਚ ਪੇਰੈਂਟਸ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ ਉਹਨਾਂ ਚੀਜ਼ਾਂ ਦੇ ਨਾਲ ਪੇਰੈਂਟਸ ਇਨਵੋਲਵਮੈਂਟ ਦੇ ਨਾਲ ਕੁਆਲਿਫਾਈਡ ਪੇਰੈਂਟ ਜਦੋਂ ਆਣਗੇ ਤੁਹਾਡੇ ਟੈਕਨੀਕਲ ਬੈਕਗ੍ਰਾਉਂਡ ਦੇ ਪੇਰੈਂਟ ਆਣਗੇ ਆਟੋਮੈਟਿਕਲੀ ਇਹ ਚੀਜ਼ਾਂ ਇੰਨੀ ਕਿ ਇੰਪਰੂਵ ਹੋ ਜਾਣਗੀਆਂ ਵੀ ਰਿਜ਼ਲਟਸ ਬਹੁਤ ਵਧੀਆ ਆਣਗੇ ਇਹ ਬਹੁਤ ਗੰਭੀਰ ਮਸਲਾ ਹੈ ਜੀ ਜੀ ਬਿਲਕੁਲ ਬਿਲਕੁਲ ਮੈਂ ਅਸੀਂ ਇਹ ਵੀ ਦੇਖਿਆ ਕਿ ਜਿਹੜੇ ਕੋਈ ਬੱਚਾ ਇੰਡੀਆ ਚ ਪੜਦਾ ਹੈ ਇੰਡੀਆ ਚ ਕੋਈ ਇੰਜੀਨੀਅਰਿੰਗ ਕਰਦਾ ਹੈ ਜਾਂ ਕੋਈ ਹਾਇਰ ਐਜੂਕੇਸ਼ਨ ਲੈਂਦਾ ਹੈ ਪਤਾ ਨਹੀਂ ਇੰਡੀਆ ਚ ਉਹਨੂੰ ਕੁਝ ਮਿਲੇ ਨਾ ਮਿਲੇ ਲੇਕਿਨ ਉਹ ਫੋਰਨ ਕੰਟਰੀ ਵਿੱਚ ਜਾ ਕੇ ਬਹੁਤ ਵੱਡਾ ਸਾਇੰਟਿਸਟ ਵੀ ਬਣ ਜਾਂਦਾ ਇੱਕ ਰਾਜਨੀਤਿਕ ਵੀ ਬਣ ਜਾਂਦਾ ਹੈ ਬਹੁਤ ਵੱਡਾ ਕੋਈ ਸਰਕਾਰੀ ਅਫਸਰ ਵੀ ਬਣ ਜਾਂਦਾ ਅਸੀਂ ਦੇਖਦੇ ਹਾਂ ਕਿ ਕਿ ਜਿਗਾ ਆਰਮੀ ਦੇ ਵਿੱਚ ਔਰ ਕਾਫੀ ਹਨਾ ਉੱਥੇ ਜੋ ਹੈ ਉਹਨਾਂ ਨੇ ਝੰਡੇ ਗੱਡੇ ਹੋਏ ਨੇ ਇਹਨਾਂ ਨੇ ਸੋ ਅਸੀਂ ਇਹਦੇ ਵਿੱਚ ਇਹ ਇਨਕਲੂਡ ਕਰਦੇ ਹਾਂ ਕਨਕਲੂਡ ਕਰਦੇ ਹਾਂ ਕਿ ਆਪਣੇ ਕੋਲ ਐਸੀਆਂ ਚੀਜ਼ਾਂ ਐਸੇ ਸਾਡੇ ਕੋਲ ਇਨਫਰਾਸਟ੍ਰਕਚਰ ਦੀ ਘਾਟ ਹੈ ਜਾਂ ਕਹਿ ਲਓ ਕਿ ਐਸੀ ਬੱਚਿਆਂ ਨੂੰ ਸੰਭਾਲਣ ਦੀ ਅੱਜ ਲੋੜ ਹੈ ਕਿਉਂਕਿ ਇੱਕ ਜਿਹੜਾ ਬੂਟਾ ਹੁੰਦਾ ਹੈ ਜੇ ਅਸੀਂ ਚਾਹਨੇ ਉਹ ਤੋਂ ਸਾਨੂੰ ਫਲ ਮਿਲੇ ਜਾਂ ਫੁੱਲ ਮਿਲੇ ਸਾਨੂੰ ਖਾਦ ਪਾਣੀ ਪਾਣਾ ਪਏਗਾ ਉਹਨੂੰ ਸਿਰਫ ਬੂਟਾ ਲਾ ਕੇ ਆਪਾਂ ਛੱਡ ਦਈਏ ਤੋ ਜ਼ਰੂਰਤ ਦੇ ਜਿਉਂਦਾਨੀ ਰਹੇਗਾ ਜੇ ਦਿਮਾਗ ਨੂੰ ਆਪਾਂ ਬਿਲਕੁਲ ਚੰਗੀ ਤਰੀਕੇ ਨਾਲ ਐਜੂਕੇਸ਼ਨ ਦੇ ਕੇ ਉਹਨੂੰ ਅਸੀਂ ਇੱਕ ਆਕਾਰ ਦਿੱਤਾ ਹੈ ਜੇ ਅਸੀਂ ਉਸ ਆਕਾਰ ਨੂੰ ਛੱਡ ਦਾਂਗੇ ਕੁਝ ਦਿਨ ਵਾਸਤੇ ਤੇ ਉਹਨੂੰ ਜੰਗਾਲ ਲੱਗ ਜਾਏ ਕਹਿੰਦੇ ਨੇ ਵੇਲਾ ਦਿਮਾਗ ਸ਼ਤਾਨ ਦਾ ਕਰ ਸੋ ਉਥੇ ਡਾਇਵਰਟ ਹੋ ਜਾਏਗਾ ਇੱਕ ਬਹੁਤ ਵਧੀਆ ਇੱਕ ਸੰਸਕ੍ਰਿਤ ਦੇ ਇੱਕ ਵਿਦਵਾਨ ਨੇ ਲਿਖਿਆ ਹੈ ਕਿ ਵਿਦਿਆ ਦਦਾਤੀ ਵਿਨਯਮ ਵਿਨਯਮ ਦਦਾਤੀ ਪਾਤਰਤਾਮ ਪਾਤਰਤਵਾਹ ధਨਾ ਮਾਪਨੋਤੀ ధਨਾਧਮ ਤਤਹ ਸੁਕਮ ਪਾਵਕੇ ਜਿਹੜੀ ਵਿੱਦਿਆ ਹੈ ਇਹ ਇੱਕ ਡਿਸਪਲਿਨ ਕ੍ਰੀਏਟ ਕਰਦੀ ਏ ਉਹਦੇ ਨਾਲ ਇੱਕ ਕੈਰੈਕਟਰ ਬਿਲਡ ਹੁੰਦਾ ਹੈ ਕੈਰੈਕਟਰ ਬਿਲਡ ਹੋਣ ਤੋਂ ਬਾਅਦ ਉਹ ਆਪਣੇ ਆਪ ਇੰਨਾ ਸਮਰਥ ਹੋ ਜਾਂਦਾ ਹੈ ਕਿ ਉਹਦੇ ਵਾਸਤੇ ਦੁਨੀਆ ਦੀ ਕੋਈ ਖੁਸ਼ੀ ਉਹ ਪਿੱਛੇ ਨਹੀਂ ਰਹਿ ਸਕਦੀ ਸੋ ਅਸੀਂ ਹਾਲਾਤ ਜੋ ਫੋਰਨ ਕੰਟਰੀਜ਼ ਵਿੱਚ ਆਪਣੇ ਲੋਕਾਂ ਦੇ ਹਨ ਅਸੀਂ ਇੱਥੇ ਇੰਡੀਆ ਚ ਐਸਟੈਬਲਿਸ਼ ਕਰ ਸਕਦੇ ਹਾਂ ਅੱਜ ਬੜੀ ਖਾਸ ਲੋੜ ਹੈ ਸਮਾਜਿਕ ਰਾਜਨੀਤਿਕ ਤੇ ਐਨ ਜੀਓਜ਼ ਦੀ ਕਿ ਉਹ ਅੱਗੇ ਵਧਣ ਜੋ ਬੱਚਿਆਂ ਦੇ ਪੜ੍ਹੇ ਲਿਖੇ ਬੱਚਿਆਂ ਦੀ ਜੋ ਜਿਹਨੂੰ ਪਰੇਸ਼ਾਨੀਆਂ ਨੇ ਉਹਨਾਂ ਨੂੰ ਸੋਲਵ ਕਰਨ ਤੇ ਇੱਕ ਨਵਾਂ ਭਾਰਤ ਇੱਕ ਨਵਾਂ ਦੇਸ਼ ਔਰ ਇੱਕ ਨਵਾਂ ਕਹਿ ਸਕਦੇ ਆ ਕਿ ਯੁੱਗ ਬਣਾਉਣ ਦੇ ਵਿੱਚ ਉਹ ਆਪਣਾ ਰੋਲ ਨਿਭਾ ਸਕਦੇ ਨੇ ਡਾਕਟਰ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਤੇ ਆਸ਼ਾ ਕਰਦੇ ਆ ਕਿ ਜੋ ਤੁਸੀਂ ਗੱਲਾਂ ਦਸੀਆਂ ਨੇ ਜੋ ਤੁਸੀਂ رائے ਦਿੱਤੀ ਏ ਜਾਂ ਆਪਾਂ ਜਿਸ ਮੁੱਦੇ ਤੇ ਗੱਲ ਕੀਤੀ ਏ ਖਾਸ ਤੌਰ ਤੇ ਕਿ ਜੋ ਬੱਚਾ 10ਵੀਂ ਤੋਂ ਬਾਅਦ 12ਵੀਂ ਚ ਨਹੀਂ ਜਾ ਪਾ ਰਿਹਾ ਇਹ ਤੁਸੀਂ ਵੀ ਦੇਖ ਸਕਦੇ ਹੋ ਹਰ ਚੀਜ਼ ਅਵੇਲੇਬਲ ਹੈ ਇੰਟਰਨੈਟ ਤੇ ਅੱਜ ਕੱਲ ਤਾਂ ਉਹ ਬੱਚਾ ਕਿੱਥੇ ਜਾ ਰਿਹਾ ਏ ਇੱਕ ਬਹੁਤ ਵੱਡਾ ਇੱਕ ਕਹਿ ਲੋ ਕਿ ਪ੍ਰੋਬਲਮ ਹੈ ਇੱਕ ਅਲਰਟਨੈਸ ਹੈ ਇੱਕ అలਰਮ ਹੈ ਇਹ ਸਾਨੂੰ ਸਮਝ ਜਾਣਾ ਚਾਹੀਦਾ ਇਸ ਬਾਰੇ ਤੋਂ ਅਸੀਂ ਉਮੀਦ ਰੱਖਦੇ ਹਾਂ ਕਿ ਜਲਦੀ ਜਲਦੀ ਇਹ ਚੀਜ਼ਾਂ ਜੋ ਹੈ ਉਹ ਕਵਰਪ ਹੋਣ ਗਈਆਂ ਠੀਕ ਹੋਣ ਗਈਆਂ ਤੇ ਤੁਹਾਡੇ ਆਏ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਤੁਹਾਡਾ ਸ਼ੁਕਰੀਆ ਜੀ ਅੱਜ ਪ੍ਰੋਗਰਾਮ ਵਿੱਚ ਸਿਰਫ ਇੰਨਾ ਹੀ ਸਾਨੂੰ ਇਜਾਜ਼ਤ ਦਿਓ ਬੇਨਤੀ ਹੈ ਕਿ ਇਹ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ ਇਹ ਆਪਣੇ ਕਮੈਂਟਸ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਔਰ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਦਿਓ ਇਜਾਜ਼ਤ ਦੇਖਦੇ ਰਹੋ ਗੱਲ ਪੰਜਾਬ ਦੀ ਟੀਵੀ ਗੱਲ ਸਾਡੀ ਤੇ ਗੱਲ ਸਾਰਿਆਂ ਦੀ ਸਤਿ ਸ੍ਰੀ ਅਕਾਲ ਜੀ ਗੱਲ ਪੰਜਾਬ ਦੀ ਟੀਵੀ ਦੇ ਹਰ ਲੇਟੈਸਟ ਪ੍ਰੋਗਰਾਮ ਨੂੰ ਇੰਜੋਏ ਕਰਨ ਦੇ ਲਈ ਤੁਸੀਂ ਸਾਡੀ ਵੈਬ ਟੀਵੀ ਦੀ ਐਪ ਡਾਊਨਲੋਡ ਕਰ ਸਕਦੇ ਹੋ ਜੀ ਪਲੇ ਸਟੋਰ ਤੇ ਜਾ ਕੇ ਤੇ ਐਪ ਸਟੋਰ ਤੇ ਜਾ ਕੇ ਤੇ YouTube ਤੇ ਵੀ ਜਨਾਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਿਓ ਤਾਂ ਕਿ ਗੱਲ ਪੰਜਾਬ ਦੀ ਟੀਵੀ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ